वन वेलकम और वेलकम बैक टू माय चैनल पंजाबी यूनिवर्सिटी पटियाला बीए सेमेस्टर 3 ठीक है सेम 3 दी इंग्लिश कंपल्सरी दी वीडियो सीरीज जेडी है शॉर्ट क्वेश्चन दी मैं लॉन्च ਕਰਨ ਜਾਣੀ ਆ ਇਸ ਦੇ ਵਿੱਚ ਇੰਪੋਰਟੈਂਟ ਕੁਐਸਚਨ ਜਿਹੜੇ ਕਿ ਲਾਸਟ ইয়ার ਆਪਾਂ ਨੇ ਨਹੀਂ ਸਿੱਖੇ ਤੇ ਉਹ ਵੀ ਐਡ ਔਨ ਕੀਤੇ ਨੇ ਐਡੀਟਡ ਜਿਹੜਾ ਹੈ ਇਹ ਵੀਡੀਓ ਸੀਰੀਜ਼ ਹੋਏਗੀ ਸੋ ਜਿਹੜੇ ਵੀ ਵਿਦਿਆਰਥੀਆਂ ਨੂੰ ਕੋਈ ਦਿੱਕਤ ਆ ਸ਼ਾਰਟ ਕੁਐਸਚਨ ਨਹੀਂ ਕਿਤੇ ਹੈਗੇ ਜਾਂ ਤਾਂ ਤੁਸੀਂ ਇਸ ਵੀਡੀਓ ਸੀਰੀਜ਼ ਦੇ ਥਰੂ ਜਿਹੜੀ ਹੈ ਕਵਰ ਕਰ ਸਕਦੇ ਹੋ ਤੇ ਨਾਲ ਹੀ ਮੇਰੇ ਚੈਨਲ ਦੇ ਉੱਤੇ ਹੋਰ ਵੀ ਕਾਫੀ ਸਾਰੀਆਂ ਟੀਚਿੰਗ ਵੀਡੀਓਜ਼ ਅਵੇਲੇਬਲ ਹਨ ਸਾਰੇ ਹੀ ਸਬਜੈਕਟਸ ਨੇ ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ ਪ੍ਰੀਵियस ইয়ার ਦੇ কোশ্চেন পেਪਰ ਵੀ ਹੈਗੇ ਨੇ ਪਲੱਸ ਇੰਪੋਰਟੈਂਟ ਕੁਐਸਚਨ ਦੀ ਵੀ ਵੀਡੀਓ ਸੀਰੀਜ਼ ਮੈਂ ਲਾਂਚ ਕੀਤੀ ਹੋਈ ਹੈ ਜਿਹੜੇ ਜਿਹੜੇ ਕੁਐਸਚਨ ਤੁਸੀਂ ਪੇਪਰ 'ਚ ਪੜ੍ਹ ਕੇ ਵਧੀਆ ਮਾਰਕਸ ਲੈ ਸਕਦੇ ਹੋ ਸੋ ਵੱਧ ਤੋਂ ਵੱਧ ਵੀਡੀਓ ਨੂੰ ਸਪੋਰਟ ਕਰਿਓ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲੇ ਤੇ ਮੈਂ ਤੁਹਾਡੇ ਲਈ ਜਲਦੀ ਜਲਦੀ ਵੀਡੀਓਜ਼ ਲੈ ਕੇ ਆਉਂਦੀ ਰਹਾ ਸੋ ਸਟਾਰਟ ਕਰਦੇ ਹਾਂ ਸ਼ਾਰਟ ਕੁਐਸਚਨ ਸੋ ਇਹ ਜਿਹੜਾ ਚੈਪਟਰ चैप्टर है तो विगस एंड फेसबुक कंपैरिजन रिलेशन या फिर कॉमन थिंग इन्होंने का रिश्ता की है तुलना डिफरेंस की है कॉमन थिंग्स की है कोई भी क्वेश्चन जाए अपन यही क्वेश्चन जहाँ है लिख के आना है तो विक्कीक्स एंड फेसबुक आर टू वैब बेस्ड ऑर्गनाइजेस वैब बेस्ड ऑर्गनाइजे विक्कीक्स वाज इस्टैबलिश इन टू थाउजेंड फोर बाय जूली तो जूलीअन एस ने दो हज़ार चार पबलिश इस्टैबलिश किया विगस न ਫੇਸਬੁੱਕ ਵਾਸ ਇਸਟੈਬਲਿਸ਼ਡ ਇਨ 2006 ਫੇਸਬੁੱਕ ਸੀਡੀਸੀ ਇਸਟੈਬਲਿਸ਼ ਹੋਈ ਸੀ 2006 ਦੇ ਵਿੱਚ ਬਾਏ ਮਾਰਕ ਜ਼ੁਕਰਬਰਗ ਤਾਂ ਮਾਰਕ ਜ਼ੁਕਰਬਰਗ ਨੇ ਇਸਟੈਬਲਿਸ਼ ਕੀਤਾ ਸੀ ਹੁਣ ਫੇਸਬੁੱਕ ਇਜ਼ ਅ ਬਿਜ਼ਨਸ ਫੇਸਬੁੱਕ ਇੱਕ ਐਸਾ ਬਿਜ਼ਨਸ ਹੈ ਥੈਟ ਡਿਪੈਂਡਸ ਅਪਨ ਮੇਕਿੰਗ ਪੀਪਲਸ ਪਰਸਨਲ ਲਾਈਫ ਪਬਲਿਕ ਤਾਂ ਲੋਕਾਂ ਦੀ ਆਪਣੀ ਪਰਸਨਲ ਲਾਈਫ ਪਬਲਿਕ ਬਣਾਉਣ ਦਾ ਜਿਹੜਾ ਹੈ ਇੱਕ ਤਰ੍ਹਾਂ ਦਾ ਬਿਜ਼ਨਸ ਹੈ ਜਿਹਦੇ ਵਿੱਚ ਕੀ ਹੈਗਾ ਇਹ ਉਸ ਚੀਜ਼ ਤੋਂ ਹੀ ਪੈਸੇ ਕਮਾ ਰਿਹਾ ਜਿਹੜਾ ਫੇਸਬੁੱਕ ਹੈ ਠੀਕ ਹੈ ਤੁਸੀਂ ਦੇਖਦੇ ਹੋ ਕਿ ਆਪਾਂ ਇੰਸਟਾਗ੍ਰਾਮ ਨੂੰ ਵੀ ਦੇਖਦੇ ਆ ਜਾਂ ਫਿਰ ਤੁਸੀਂ YouTube ਨੂੰ ਵੀ ਦੇਖੋ ਤਾਂ ਇਹਦੇ ਵਿੱਚ ਆਪਣੀ ਪਰਸਨਲ ਲਾਈਫ ਦਿਖਾਈ ਜਾਂਦੀ ਹੈ ਅਸੀਂ ਐਦਾਂ ਜੀ ਰਹੇ ਤੇ ਆਪਾਂ ਉਹ ਸਾਰੀ ਵੇਖ ਕੇ ਜਿਹੜੀ ਹੈ ਆਪਾਂ ਖੁਸ਼ ਹੁੰਨੇ ਹਨ ਤਾਂ ਕਿਸੇ ਦੀ ਵੀ ਅੱਜਕੱਲ ਕੋਈ ਵੀ ਪਰਸਨਲ ਲਾਈਫ ਨਹੀਂ ਰਹੀ ਤਾਂ Facebook ਜਿਹੜੇ ਯੂਜ਼ ਕਰਦੇ ਨੇ ਤਾਂ ਪਰਸਨਲ ਲਾਈਫ ਜਿਹੜੀ ਹੈ ਉਹਨਾਂ ਦੀ ਪਬਲਿਕ ਜਿਹੜੀ ਹੈ ਇਹੀ ਕਰਨ ਦਾ ਜਿਹੜਾ ਹੈ ਇੱਕ ਤਰ੍ਹਾਂ ਦਾ ਇਹ ਬਿਜ਼ਨਸ ਹੈ WikiLeaks ਕੀ ਕਰਦਾ ਹੈ WikiLeaks is an organization ਇੱਕ ਐਸਾ ਸੰਗਠਨ ਹੈ that publishes secret information about tyrannical regimes ਤਾ ਇਹ ਵਿਕੀ ਲੀਕਸ ਇੱਕ ਐਸੀ ਆਰਗੇਨਾਈਜੇਸ਼ਨ ਹੈ ਜਿਹੜੀ ਕਿ ਅਤਿਆਚਾਰੀ ਸ਼ਾਸਨ ਜਿਹੜਾ ਹੈ ਉਸ ਦੇ ਬਾਰੇ ਜਿਹੜੀ ਹੈਗੀ ਹੈ ਸੀਕ੍ਰੇਟ ਇਨਫੋਰਮੇਸ਼ਨ ਪਬਲਿਸ਼ ਕਰਦੀ ਹੈ ਸੋ ਥਿਸ ਇਨਫੋਰਮੇਸ਼ਨ ਸੋਰਸਸ ਕੇਪਟ ਸੀਕ੍ਰੇਟ ਤਾਂ ਇਸ ਇਨਫੋਰਮੇਸ਼ਨ ਦਾ ਸੋਰਸ ਜਿਹੜਾ ਹੈ ਸੀਕ੍ਰੇਟ ਰੱਖਿਆ ਜਾਂਦਾ ਸੋ ਵਾਈ ਵਿਕੀ ਲੀਕਸ ਇਜ਼ ਇੰਪੋਰਟੈਂਟ ਹੁਣ ਵਿਕੀ ਲੀਕ ਜਿਹੜੀ ਹੈ ਵਿਕੀ ਲੀਕਸ ਕਿਉਂ ਇੰਪੋਰਟੈਂਟ ਹੈ ਵਿਕੀ ਲੀਕਸ ਇਜ਼ ਇੰਪੋਰਟੈਂਟ ਇਨ 3 ਵੇਜ਼ ਤਿੰਨ ਤਰੀਕਿਆਂ ਦੇ ਨਾਲ ਇੰਪੋਰਟੈਂਟ ਹੈ ਫਰਸਟ ਜਿਹੜਾ ਹੈ ਇਟ ਇਜ਼ ਐਨ ਇੰਪੋਰਟੈਂਟ ਟੂਲ ਫॉर ਨਿਊਜ਼ दैट ਯੂ ਕਾਂਟ ਗੈਟ ਐਨੀਵਰ ਐਲਸੋ ਹੁਣ ਦੇਖੋ ਜਿਹੜੀ ਵੀ ਮਤਲਬ ਕਿ ਨਿਊਜ਼ ਨੂੰ ਸੀਕ੍ਰੀਟ ਰੱਖਿਆ ਜਾਂਦਾ ਕਿਤੇ ਵੀ ਤੁਹਾਨੂੰ ਨਹੀਂ ਮਿਲੇਗੀ ਤਾਂ ਇਹ ਉਹਦੇ ਲਈ ਇੰਪੋਰਟੈਂਟ ਹੈ ਸੈਕੰਡ ਇਟ ਡਰਾਸ ਆਰ ਅਟੈਂਸ਼ਨ ਐਜ਼ ਇਟ ਇਜ਼ ਟਰਾਈਂਗ ਟੂ ਬੀ ਅ ਲੀਡਰ ਆਫ ਡਿਜੀਟਲ ਰੈਵਿਊਸ਼ਨ ਅਗੇਂਸਟ ਕ੍ਰਿਮੀਨਲ ਸਟੇਟਸ ਐਂਡ ਅਕਾਊਂਟੇਬਲ ਸਟੇਟਸ ਹੁਣ ਦੇਖੋ ਇੱਕ ਤਰ੍ਹਾਂ ਲੀਡਰ ਦਾ ਵੀ ਕੰਮ ਕਰਦਾ ਹੈ ਸਾਡਾ ਧਿਆਨ ਆਕਰਸ਼ਿਤ ਕਰਦਾ ਹੈ ਕਿਉਂਕਿ ਇਹ ਰਹਿਣਾ ਹੈ ਡਿਜੀਟਲ ਰੈਵੋਲੂਸ਼ਨ ਲੈ ਕੇ ਆ ਰਿਹਾ ਹੈ ਅਗੇਂਸਟ ਕਿਹਦੇ ਕ੍ਰਿਮੀਨਲ ਜਿਹੜੀਆਂ ਸਟੇਟਸ ਨੇ ਠੀਕ ਹੈ ਜਿਹੜੀਆਂ ਕੋਈ ਅਤਿਆਚਾਰ ਕਰਦੀਆਂ ਨੇ ਠੀਕ ਹੈ ਉਹ ਬਲੀਆਂ ਪਰ ਥਰਡਲੀ ਇਟ ਇਜ਼ ਬੈਨੀਫੀਸ਼ੀਅਲ ਫਾਰ ਇੰਡੀਵਿਜੂਅਲ ਕਾਰਪੋਰੇਸ਼ਨਸ ਐਂਡ ਸਟੇਟਸ ਟੂ ਕਨਿਊਸ ਹੁਣ ਇਹ ਆਪਣੇ ਵਰਗੇ ਇੰਡੀਵਿਜੂਅਲਸ ਲਈ ਕਾਰਪੋਰੇਸ਼ਨਸ ਲਈ ਸਟੇਟਸ ਲਈ ਜਿਹੜੇ ਹੈ ਨਿਊਜ਼ ਨੂੰ ਵੀ ਜਿਹੜਾ ਹੈ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਵਾਉਂਦਾ ਠੀਕ ਹੈ ਆਪਾਂ ਪ੍ਰਾਪਤ ਕਰ ਸਕਦੇ ਵੀ ਕੀ ਲੀਕਸ ਥਰੂ ਜਿਹੜੀ ਵੀ ਸੀਕ੍ਰੀਟ ਇਨਫੋਰਮੇਸ਼ਨਸ ਰੱਖਿਆ ਹੁੰਦੀ ਹੈ ਟ੍ਰੈਨਿਕਲ ਅਪਰ ਵਿਛੇ ਪੜ ਕੇ ਹਟੇ ਕਿ ਟ੍ਰੈਨਿਕਲ ਜਿਹੜਾ ਹੈ ਰਿਜ਼ਾਈਮਸ ਉਹਨਾਂ ਦੀਆਂ ਨਿਊਜ਼ ਜਿਹੜੀਆਂ ਨੇ ਬਾਹਰ ਲੈ ਕੇ ਵਿਕੀ ਲੀਕਸ ਆਉਂਦਾ ਹੈ ਫੇਸਬੁੱਕ ਕੀ ਕਰਦਾ ਆਪਣੀ ਪਰਸਨਲ ਲਾਈਫ ਨੂੰ ਜਿਹੜਾ ਹੈ ਉਹ ਪਬਲਿਕ ਕਰਾਉਂਦਾ ਠੀਕ ਆਪਾ ਆਪਣੀ ਮਨ ਮਰਜ਼ੀ ਤੇ ਕਰਦੇ ਹਾਂ ਠੀਕ ਹੈ ਇਹਦੇ ਵਿੱਚ ਕੀ ਹੈਗਾ ਵਿਕੀ ਲੀਕਸ ਜਨਰੇਟ ਕਰਨ ਦੀ ਕੋਸ਼ਿਸ਼ ਕਰਦਾ ਇਟ ਕੀਪਸ ਐਨ ਆਈ ਔਨ ਦਾ ਵਰਕਿੰਗ ਆਫ ਦਾ ਸਟੇਟ ਏ ਇੱਕ ਸਪਾਈ ਵਾਂਗੂ ਕੰਮ ਕਰਦਾ ਹੈਗਾ ਅਤੇ ਸਟੇਟ ਦੀ ਵਰਕਿੰਗ ਨੂੰ ਦੇਖਦਾ ਐਂਡ ਇਟ ਇਜ਼ ਆਲਸੋ ਅ ਸੈਂਟਰਲ ਪੁਆਇੰਟ ਆਫ ਪੋਲਿਟਿਕਸ ਤੇ ਪੋਲਿਟਿਕਸ ਆ ਵੀ ਸੈਂਟਰਲ ਪੁਆਇੰਟ ਹੁੰਦਾ ਹੈ how digital world has changed our life ਸਾਡਾ ਜਿਹੜਾ ਹੈ ਡਿਜੀਟਲ ਵਰਡ ਨੇ ਸਾਡੀਆਂ ਲਾਈਫ ਜਿਹੜੀਆਂ ਹੈ ਸਾਡੇ ਜੀਵਨ ਨੂੰ ਕਿੱਦਾਂ ਚੇਂਜ ਕੀਤਾ ਡਿਜੀਟਲ ਵਰਡ ਹੈਜ਼ ਚੇਂਜ ਆਰ ਲਾਈਫਸ ਐਸ ਵੀ ਸlept ਦੇਖੋ ਜਦੋਂ ਅਸੀਂ ਸੋਣੇ ਆ ਤਾਂ ਜਿਹੜਾ ਹੈ ਡਿਜੀਟਲ ਵਰਡ ਨੇ ਸਾਡੀਆਂ ਲਾਈਫਸ ਜਿਹੜੀਆਂ ਹੈ ਇਵਨ ਅਦੋਂ ਵੀ ਚੇਂਜ ਕੀਤੀਆਂ ਜਦੋਂ ਤੁਸੀਂ ਸੋ ਰਹੇ ਹੁੰਦੇ ਆ ਇਟ ਇਜ਼ ਹੈਲਪਿੰਗ ਅਸ ਇਨ ਮੈਨੀ ਵੇਜ਼ ਕਾਫੀ ਤਰੀਕੇ ਨਾਲ ਸਾਡੀ ਹੈਲਪ ਕਰਦਾ ਹੈ ਡਿਜੀਟਲ ਵਰਡ ਇਟ ਇਜ਼ ਲਾਈਕ ਐਨ ਅਲਾਰਮ ਕਲੌਕ ਹਿਟਿੰਗ ਇਨ ਆਰ ਈਅਰਸ ਇਹ ਅਲਾਰਮ ਕਲੌਕ ਦੇ ਵਾਂਗੂ ਕੰਮ ਕਰਦਾ ਹੈ ਜਿਹੜੇ ਕੰਨਾਂ ਦੇ ਵਿੱਚ ਗੂੰਜਦਾ ਰਹਿੰਦਾ ਹੈ ਹਿੱਟ ਕਰਦਾ ਰਹਿੰਦਾ ਹੈ ਸੋ ਇਟ ਵੇਕਸ ਅਸ ਸਾਨੂੰ ਜਗਾਉਂਦਾ ਹੈ ਇੰਟਰਨੈਟ ਐਂਡ ਡਿਜੀਟਲ ਵਰਲਡ ਇਜ਼ ਮੇਕਿੰਗ ਫਾਈਲਸ ਇਹ ਫਾਈਲਸ ਬਣਾ ਰਿਹਾ ਹੈ ਇਟ ਇਜ਼ ਮੇਕਿੰਗ ਅਸ ਪਾਵਰਫੁਲ ਇਹ ਸਾਨੂੰ ਕੀ ਹੈਗਾ ਪਾਵਰਫੁਲ ਬਣਾਉਂਦਾ ਵੀ ਕੈਨ ਗੈਟ ਇਨਫੋਰਮੇਸ਼ਨ ਫਰਮ ਮੈਨੀ ਸੋਰਸਸ ਡਿਜੀਟਲ ਵਰਲਡ ਨਾਲ ਕੀ ਹੈ ਕਿ ਆਪਾਂ ਅਗਰ ਸੋ ਸੋਣ ਇਨ ਦਾ ਸੈਂਸ ਇੱਥੇ ਕਿਹਾ ਗਿਆ ਕਿ ਜਦੋਂ ਅਸੀਂ ਸੋ ਰਹੇ ਹਾਂ ਇਟ ਮੀਨਸ ਕਿ ਜਦੋਂ ਅਸੀਂ ਸੁੱਤੇ ਪਏ ਹੁੰਨੇ ਜੋ ਵੀ ਆਲੇ-ਦਲੇ ਕੁਝ ਹੋ ਰਿਹਾ ਸਾਨੂੰ ਡਿਜੀਟਲ ਉਹਦੇ ਨਾਲ ਟੈਕਨੋਲੋਜੀ ਨਾਲ ਪਤਾ ਲੰਦਾ ਤੇ ਇਹ ਸਾਨੂੰ ਪਾਵਰਫੁਲ ਬਣਾ ਰਿਹਾ ਵੀ ਕੈਨ ਗੈਟ ਇਨਫੋਰਮੇਸ਼ਨ ਫਰੋਮ ਮੈਨੀ ਸੋਰਸਸ ਬਹੁਤ ਸਾਰੇ ਸੋਰਸਸ ਤੋਂ ਅਸੀਂ ਇਨਫੋਰਮੇਸ਼ਨ ਲੈ ਸਕਦੇ ਆ ਵੀ ਕੈਨ ਗੈਟ ਨੋਲੇਜ ਫਰੋਮ ਡਿਜੀਟਲ ਟੈਕਨੋਲੋਜੀ ਡਿਜੀਟਲ ਟੈਕਨੋਲੋਜੀ ਤੋਂ ਜਿਹੜਾ ਹੈ ਅਸੀਂ ਨੋਲੇਜ ਲੈ ਰਹੇ ਹੁੰਨੇ ਆ ਦੇਖੋ ਸਭ ਦੇ ਕੋਲ ਫੋਨ ਹੈ ਅਗਰ ਆਲੇ-ਦਲੇ ਕੁਝ ਵੀ ਹੋ ਰਿਹਾ ਤਾਂ ਸਾਨੂੰ ਫੋਨ ਦੇ ਉੱਤੇ ਨੋਟੀਫਿਕੇਸ਼ਨ ਆ ਜਾਂਦੀ ਹੈ ਇਵਨ ਜਦੋਂ ਅਸੀਂ ਸੋ ਵੀ ਰਹੇ ਹੁੰਨੇ ਤਦ ਵੀ ਉਹ ਇਨਫੋਰਮੇਸ਼ਨ ਸਾਡੇ ਲਈ ਇਕੱਤਰ ਹੋ ਰਹੀ ਹੁੰ ਐਕਸਪਲੇਨ ਵਿਕੀ ਲੀਕਸ ਕੰਟਰੀਬਿਊਸ਼ਨ ਟੂ ਜਰਨਲਿਜ਼ਮ ਜਰਨਲਿਜ਼ਮ ਦੇ ਪ੍ਰਤੀ ਵਿਕੀ ਲੀਕ ਦਾ ਵਿਕੀ ਲੀਕਸ ਦਾ ਜਿਹੜਾ ਹੈ ਕੀ ਕੰਟਰੀਬਿਊਸ਼ਨ ਹੈ ਕੀ ਯੋਗਦਾਨ ਹੈ ਵਿਕੀ ਲੀਕਸ ਹੈਜ਼ ਗ੍ਰੇਟ ਕੰਟਰੀਬਿਊਸ਼ਨ ਟੂ ਜਰਨਲਿਜ਼ਮ ਵਿਕੀ ਲੀਕਸ ਡਾਕੂਮੈਂਟਸ ਐਂਡ ਇਨਫੋਰਮੇਸ਼ਨਸ ਹੈਵ ਹੈਲਪਡ ਟੂ ਲਾਈਟ ਮੈਨੀ ਸੀਕ੍ਰੇਟ ਥਿੰਗਸ ਆਲ ਓਵਰ ਦਾ ਵਰਲਡ ਮੈਂ ਦੇਖੋ ਵਿਕੀ ਲੀਕਸ ਕੀ ਕਰਦਾ ਹੈਗਾ ਡਾਕੂਮੈਂਟਸ ਜਿਹੜੇ ਵੀ ਜਨਰੇਟ ਕਰਦਾ ਇਨਫੋਰਮੇਸ਼ਨ ਜਨਰੇਟ ਕਰਦਾ ਉਹਦੇ ਨਾਲ ਕੀ ਹੈਗਾ ਸਾਰੀਆਂ ਜਿਹੜੇ ਹੈ ਸਾਰੇ ਸੰਸਾਰ ਦੀ ਮਦਦ ਹੋਈ ਹੈ ਜਿਹੜੀਆਂ ਵੀ ਸੀਕ੍ਰੀਟ ਥਿੰਗਸ ਦੇ ਉੱਤੇ ਆ ਉਹਦੇ ਉੱਤੇ ਲਾਈਟ ਚਾਨਣਾ ਪਾਉਣ ਦੀ ਕੋਸ਼ਿਸ਼ ਜਿਹੜੀ ਹੈ ਕਰਦਾ ਹੈ ਤਾਂ ਵਿਕੀ ਲੀਕਸ ਦੀ ਇਨਫੋਰਮੇਸ਼ਨ ਜਿਹੜੇ ਵੀ ਡਾਕੂਮੈਂਟ ਜਨਰੇਟ ਕਰਦਾ ਇਹਨਾਂ ਨੇ ਜਿਹੜਾ ਹੈ ਚਾਨਣਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਚਾਨਣਾ ਪਾ ਕੇ ਮਦਦ ਕੀਤੀ ਹੈ ਕੋਈ ਵੀ ਸੀਕ੍ਰੀਟ ਥਿੰਗ ਨੂੰ ਸਾਡੇ ਤੱਕ ਲੈ ਕੇ ਆਏ ਨੇ ਆਲ ਓਵਰ ਦਾ ਵਰਲਡ ਇਟ ਇਨਕਲੂਡਸ ਕਰਪਸ਼ਨ ਇਨ ਕਿਨੀਆ ਹੁਣ ਦੇਖੋ ਚਾਹੇ ਉਹ ਕਰਪਸ਼ਨ ਹੋਵੇ ਕਿਨੀਆ ਦੀ ਔਇਲ ਬੇਸਡ ਸਕੈਂਡਲ ਹੋਵੇ ਇਨ ਪੈਰੂ ਠੀਕ ਹੈ ਮੈਂਬਰਸ਼ਿਪ ਲਿਸਟ ਆਫ ब्रिटिश नेशनल पार्टी इलीगल स्विस बैंक ट्रांजैक्शंस ਹੋਣ ਚਾਹੀਏ ਅ ਨਿਊਕਲੀਅਰ ਐਕਸੀਡੈਂਟ ਇਨ ਇਰਾਨ ਹੋਵੇ ਪੋਲਿਸੀਜ਼ ਆਫ द यूएस आर्मी ਇਨ द अफगान वार ਇਟ ਹੈਸ ਆਲਸੋ ਰਿਵੀਲਡ ਐਨ ਇਨਵੈਸਟਿਗੇਟਿਡ ਇਲੀਗਲ ਕਿਡਨੈਪਿੰਗ ਐਂਡ ਇਨ ਇਲੀਗਲ ਕਿਡਨੈਪਿੰਗ ਆਫ ਜਰਮਨ ਸਿਟੀਜ਼ਨਸ ਹੁਣ ਇਹਦੇ ਵਿੱਚ ਦੇਖੋ ਜਿਹੜਾ ਵਿਕੀ ਲੀਕਸ ਹੈ ਉਹ ਸਾਡੇ ਤੇ ਜਿਹੜਾ ਹੈ ਇਨਫੋਰਮੇਸ਼ਨ ਵਗੈਰਾ ਸਾਨੂੰ ਜਨਰੇਟ ਕਰਕੇ ਦਿੰਦਾ ਹੈ ਸੀਕਰਟਸ ਥਿੰਗਸ ਦੇ ਉੱਤੇ ਜਿਹੜਾ ਹੈ ਚਾਨਣਾ ਪਾਉਂਦਾ ਤੇ ਸਾਨੂੰ ਵਾਕ ਵਾਕ ਚੀਜ਼ਾਂ ਦੇ ਕੋਈ ਲਾਈਕ ਕਰਪਸ਼ਨ ਹੋ ਰਹੀ ਹੈ ਕਿ ਇਨੀਆਂ ਦੇ ਵਿੱਚ ਆਇਲ ਸਕੈਂਡਲ ਹੋ ਰਿਹਾ ਪੀਰੂ ਦੇ ਵਿੱਚ ਠੀਕ ਹੈ ਤੇ ਮੈਂਬਰਸ਼ਿਪ ਲਿਸਟਾਂ ਨੇ ਜਿਹੜੀਆਂ ਬ੍ਰਿਟਿਸ਼ ਨੈਸ਼ਨਲ ਪਾਰਟੀ ਦੀਆਂ ਚਾਹੇ ਉਹ ਜਨਰੇਟ ਕਰਾਉਣ ਦਾ ਕੰਮ ਹੋਵੇ ਤਾਂ ਇਹ ਸਾਰੀਆਂ ਐਕਟੀਵਿਟੀਜ਼ ਹੋਈਆਂ ਨੇ ਤੇ ਸਾਨੂੰ ਨਹੀਂ ਸੀ ਪਤਾ ਤੇ ਵਿਕੀ ਲੀਕ ਸੀ ਸਾਡੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਨਫੋਰਮੇਸ਼ਨ ਜਨਰੇਟ ਕੀਤੀ ਸੀ ਤਾਂ ਤੁਹਾਨੂੰ ਸਾਨੂੰ ਪਤਾ ਲੱਗੇ ਸੀ ਕਿ ਇਹ ਸਾਰੀਆਂ ਚੀਜ਼ਾਂ ਹੋਈਆਂ ਨੇ ਤੇ ਵੀ ਆਇਲ ਸਕੈਂਡਲ ਹੋਇਆ ਪੀਰੂ ਦੇ ਵਿੱਚ ਬ੍ਰਿਟਿਸ਼ ਨੈਸ਼ਨਲ ਪਾਰਟੀ ਦੀ ਮੈਂਬਰਸ਼ਿਪਾਂ ਮੈਂਬਰਸ਼ਿਪ ਲਿਸਟਾਂ ਨੇ ਜਿਹੜੀਆਂ ਉਹ ਗਿਆਈਆਂ ਨੇ ਸਵਿਟਜ਼ ਬੈਂਕ ਦੀ ਇਲੀਗਲ ਟਰਾਂਜੈਕਸ਼ਨ ਹੋ ਰਹੀਆਂ ਨੇ ਨਿਊਕਲੀਅਰ ਐਕਸੀਡੈਂਟ ਹੋਇਆ ਈਰਾਨ ਦੇ ਵਿੱਚ ਤਾਂ ਜਾਂ ਫਿਰ ਪੋਲਿਟਿਕਸ ਜਿਹੜੀ ਖੇਡੀ ਗਈ ਸੀ ਯੂਐਸ ਆਰਮੀ ਦੀ ਇਨ ਦਾ ਅਫਗਾਨ ਵਾਰ ਠੀਕ ਹੈ ਅਫਗਾਨ ਵਾਰ ਦੇ ਵਿੱਚ ਇਹ ਸਾਰਾ ਕੁਝ ਸਾਨੂੰ ਰਿਵੀਲ ਕਰਵਾਇਆ ਇਟ ਹੈਜ਼ ਆਲਸੋ ਰਿਵੀਲਡ ਐਨ ਇਨਵੈਸਟੀਗੇਟਿਡ ਇਲੀਗਲ ਕਿਡਨਾਪਿੰਗ ਆਫ ਜਰਮਨ ਸਿਟੀਜ਼ਨ ਜਰਮਨ ਸਿਟੀਜ਼ਨ ਦੀ ਇਲੀਗਲ ਕਿਡਨੈਪਿੰਗ ਵਾਲਾ ਇਨਸੀਡੈਂਟ ਵੀ ਜਿਹੜਾ ਹੈ ਰਿਵੀਲ ਕੀਤਾ ਤੇ ਜਿਹੜਾ ਹੈ ਇਨਵੈਸਟੀਗੇਟ ਕੀਤਾ ਤਾਂ ਜਿਹੜਾ ਹੈ ਵਿਕੀਲਿਕਸ ਸਾਡੇ ਲਈ ਬਹੁਤ ਜ਼ਿਆਦਾ ਇਨਫੋਰਮੇਟਿਵ ਹੈ ਹਾਊ far is the hostile critics and criticizeism of wikileaks justified ਕੀ ਜਿਹੜਾ ਹੈ ਵਿਕੀਲਿਕਸ ਨੂੰ ਕ੍ਰਿਟਿਕਸ ਕਰਨਾ ਜਾਂ ਕ੍ਰਿਟਿਕ ਕਰਨਾ ਜਿਹੜਾ ਹੈ ਕ੍ਰਿਟਿਸਾਈਜ਼ ਕਰਨਾ ਜਿਹੜਾ ਹੈ ਉਹ ਜਸਟੀਫਾਈਡ ਹੈ ਵਾਈ ਵਿਕੀਲਿਕਸ ਜਰਨਲਿਸਟਿਕ ਕ੍ਰੀਡੈਂਸ਼ੀਅਲਸ ਹੈਵ ਬੀਨ ਚੈਲੰਜਡ ਕਿੱਦਾਂ ਜਿਹੜਾ ਹੈ ਇਸ ਨੂੰ ਚੈਲੰਜ ਕੀਤਾ ਗਿਆ ਇਸ ਦੇ ਕ੍ਰੀਡੈਂਸ਼ੀਅਲਸ ਨੂੰ ਤਾਂ ਇਹ ਕੁਸ਼ਨ ਅਗਰ ਆਜੇ ਕ੍ਰਿਟਿਸਿਜ਼ਮ ਵਾਲਾ ਕ੍ਰਿਟਿਕਸ ਵਾਲਾ ਤਾਂ ਕਿਉਂਕਿ ਇਹਨੂੰ ਜਿਹੜੀ ਇਹ ਵਿਕੀ ਲੀਕਸ ਦੀ ਨਿੰਦਾ ਕੀਤੀ ਜਾਂਦੀ ਹੈ ਤਾਂ ਕਿਉਂ ਕੀਤੀ ਜਾਂਦੀ ਹੈ ਦ ਜਰਨਲਿਸਟਿਕ ਕ੍ਰੈਡੈਂਸ਼ੀਅਲਸ ਹੈਵ ਬੀਨ ਚੈਲੈਂਜਡ ਔਨ ਟੂ ਮੇਨ ਬੇਸਿਸ ਦੋ ਤਰੀਕਿਆਂ ਦੇ ਨਾਲ ਜਿਹੜਾ ਹੈ ਇਹਨੂੰ ਜਿਹੜਾ ਹੈ ਚੈਲੰਜ ਕੀਤਾ ਗਿਆ ਫਰਸਟ ਥੈਟ ਵਿਕੀ ਲੀਕਸ ਹੈਜ਼ ਓਨਲੀ ਕਨਫਰਮਡ ਅਰlier ਡਾਊਟਸ ਜਿਹੜੇ ਪਹਿਲਾਂ ਜਿਹੜੇ ਹੈਗੇ ਆ ਚੀਜ਼ਾਂ ਬੀਤ ਚੁੱਕੀਆਂ ਕਹਿੰਦੇ ਉਸੇ ਉਹੀ ਡਾਊਟ ਜਿਹੜੇ ਨੇ ਉਸਨੇ ਕਨਫਰਮ ਕੀਤੇ ਨੇ this is clearly wrong ਇਹ ਬਿਲਕੁਲ ਗਲਤ ਹੈ in actually documentation in first thing in good journalism ਤੇ ਪਹਿਲਾਂ ਕੀ ਹੈ documentation ਜਿਹੜੀ ਹੈ ਜ਼ਰੂਰੀ ਹੈ ਠੀਕ ਹੈ ਚੰਗੇ ਜਰਨਲਿਜ਼ਮ ਦੇ ਵਿੱਚ ਸੈਕੰਡ ਕੀ ਹੈਗਾ ਕ੍ਰਿਟਿਸਿਜ਼ਮ ਇਜ਼ ਅਬਾਊਟ ਪ੍ਰੋਸੀਜਰ ਸੈਕੰਡ ਜਿਹੜਾ ਨਿੰਦਾ ਕੀਤੀ ਗਈ ਹੈ ਕਿ ਪ੍ਰੋਸੀਜਰ ਇਹਦਾ ਗਲਤ ਹੈ ਵਿਕੀ ਲੀਕਸ ਇਜ਼ ਬਲੇਮਡ ਟੂ ਪਬਲਿਸ਼ ਡੰਪਿੰਗ ਇਨਫੋਰਮੇਸ਼ਨ ਵਿਦਆਊਟ ਪ੍ਰੋਸੈਸਿੰਗ ਇਟ ਐਡੀਟੋਰੀਅਲੀ ਉਨਕੇ ਦੇ ਵਿਕੀ ਲੀਕਸ ਦੇ ਵਿੱਚ ਕੀ ਹੈਗਾ Տੇਰਾਂ ਦੇ Տੇਰ ਇਨਫੋਰਮੇਸ਼ਨ ਬਿਨਾ ਕਿਸੇ ਪ੍ਰੋਸੈਸ ਦੇ ਜਿਹੜਾ ਹੈ ਉਹ ਪੇਸ਼ ਕੀਤੇ ਜਾਂਦੇ ਨੇ ਦੇ ਯੂ ਐਸ ਗਵਰਨਮੈਂਟ ਹੈਜ਼ ਪੁਲਡ ਐਮਾਜ਼ੋਨ ਪੇਪਲ ਮਾਸਟਰ ਕਾਰਡ ਐਂਡ ਵਿਜ਼ਾ ਇਨਟੂ ਵਿਡਡਰਾਇੰਗ ਸਰਵਿਸਿਜ਼ ਫ্রম ਵਿਕੀ ਲੀਕਸ ਉਹਨਾਂ ਦੇਖੋ ਯੂ ਐਸ ਗਵਰਨਮੈਂਟ ਜਿਹੜੀ ਹੈ ਇਸਨੇ ਐਮਾਜ਼ੋਨ ਪੇਪਲ ਮਾਸਟਰ ਕਾਰਡ ਐਂਡ ਵਿਜ਼ਾ ਜਿਹੜਾ ਹੈ ਇਸ ਨੂੰ ਕੀ ਕਰ ਲਿਆ ਵਿਡਡਰਾ ਕਰ ਲਿਆ ਨੇ ਆਪਣੀਆਂ ਸਰਵਿਸਿਜ਼ ਹਿਊਜ ਪ੍ਰਾਈਵੇਟ ਕੰਪਨੀਆਂਜ਼ ਐਂਡ ਪਾਵਰਫੁਲ ਸਟੇਟਸ ਲਾਈਕ ਚਾਈਨਾ ਐਂਡ ਯੂ ਐਸ ਗਾਰਡਡ ਦਾ ਪੋਰਟਲ ਪੋਰਟਲਸ ਆਫ ਨੈਟ ਹੁਣ ਇਹਦੇ ਕਰਕੇ ਕੀ ਹੋ ਗਿਆ ਹੈਗਾ ਬਹੁਤ ਸਾਰੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਆਂਜ਼ ਨੇ ਪਾਵਰਫੁੱਲ ਸਟੇਟਸ ਨੇ ਚਾਈਨਾ ਵਰਗੀਆਂ ਠੀਕ ਹੈ ਯੂਐਸ ਵਰਗੀਆਂ ਇਹਨਾਂ ਨੇ ਕੀ ਕਰ ਲਿਆ ਆਪਣੇ ਪੋਰਟਲਸ ਨੂੰ ਜਿਹੜਾ ਹੈ ਨੈਟ ਪੋਰਟਲਸ ਨੂੰ ਉਹਨੂੰ ਕੀ ਕਰ ਲਿਆ ਗਾਰਡ ਕਰ ਲਿਆ ਸੇਵ ਕਰ ਲਿਆ ਠੀਕ ਹੈ ਹਾਊ ਵਿਕੀ ਲੀਕਸ ਐਂਡ ਫੇਸਬੁੱਕ ਡੀਲ ਵਿਦ ਦਾ ਆਈਡੀਆ ਆਫ ਪ੍ਰਾਈਵੇਸੀ ਆਈਡੀਆ ਆਫ ਪ੍ਰਾਈਵੇਸੀ ਨਾਲ ਇਹਦਾ ਡੀਲ ਕਰਦੇ ਨੇ ਵਿਕੀ ਲੀਕਸ ਐਂਡ ਫੇਸਬੁੱਕ ਆਰ ਟੂ ਇੰਪੋਰਟੈਂਟ ਵੈਬ ਬੇਸਡ ਆਰਗੇਨਾਈਜੇਸ਼ਨਸ web based organization ne they hold that fundamental politics is based on the respected idea that the states working should be open and transparent ਹੁਣ ਦੇਖੋ ਵਿਕੀ ਲਿਕਸ ਹੁਣ ਦੇਖੋ ਫੇਸਬੁੱਕ ਦੇ ਵਿੱਚ ਤਾਂ ਪਰਸਨਲ ਲਾਈਫ ਚੱਲ ਰਹੀ ਹੈ ਸਭ ਦੀ ਵਿਕੀ ਲਿਕਸ ਕੀ ਕਰਦਾ ਹੈ ਇਨਫੋਰਮੇਸ਼ਨ ਜਨਰੇਟ ਕਰਦਾ ਹੈ ਨੌਲੇਜ ਜਨਰੇਟ ਕਰਦਾ ਹੈਗਾ ਤੇ ਇਹ ਕੀ ਕਰਦੇ ਨੇ ਆਪਣੀ ਪ੍ਰਾਈਵੇਸੀ ਜਿਹੜੀ ਹੈ ਇੱਕ ਤਰ੍ਹਾਂ ਉਜਾਗਰ ਕਰ ਦਿੰਦੇ ਨੇ ਦੇ ਹੋਲਡ ਦੈਟ ਦਾ ਫੰਡਾਮੈਂਟਲ ਪੋਲਿਟਿਕਸ ਇਜ਼ ਬੇਸਡ ਅਪਨ ਦਾ ਰਿਸਪੈਕਟਡ ਆਈਡੀਆ ਦੈਟ ਆ ਸਟੇਟਸ ਵਰਕਿੰਗ ਸ਼ੁੱਡ ਬੀ ਓਪਨ ਐਂਡ ਟਰਾਂਸਪੇਰੈਂਟ ਵੀ ਜਿਹੜੀ ਕੋਈ ਵੀ ਸਟੇਟ ਇਹਦੀ ਵਰਕਿੰਗ ਜਿਹੜੀ ਹੈ ਬਿਲਕੁਲ ਓਪਨ ਹੋਣੀ ਚਾਹੀਦੀ ਹੈ ਟਰਾਂਸਪੇਰੈਂਟ ਤਾਂ ਕਿ ਇਹਦੇ ਸਿਟੀਜ਼ਨ ਨੂੰ ਪਤਾ ਲੱਗੇ ਤੇ ਸੀਕ੍ਰੀਟ ਸਟੇਟਸ ਜਿਹੜੀਆਂ ਨੇ ਉਹ ਓਪਨ ਯਾਨੀ ਕਿ ਟਰਾਂਸਪੇਰੈਂਟ ਹੋਣੀਆਂ ਚਾਹੀਦੀਆਂ ਨੇ ਟਰਾਂਸਪੇਰੈਂਸੀ ਇਹਨਾਂ ਚੋਣੀ ਚਾਹੀਦੀ ਹੈ ਤੇ ਲੈਸ ਪਾਵਰਫੁਲ ਹੋਣੀਆਂ ਚਾਹੀਦੀਆਂ ਨੇ ਦਾ ਪਾਵਰਫੁਲ ਪੀਪਲ ਐਸ ਵੈਲ ਐਸ ਇੰਡੀਵਿਜੂਅਲ ਵਿਲ ਹੈਵ ਟੂ ਰੀਥਿੰਕ ਬੋਥ ਸੀਕ੍ਰੈਸੀ ਐਂਡ ਪ੍ਰਾਈਵੇਸੀ ਇਨ ਥਿਸ ਬਰੇਵ ਨਿਊ ਵਰਲਡ ਤਾਂ ਜਿਹੜੀਆਂ ਪਾਵਰਫੁਲ ਲੋਕ ਨੇ ਠੀਕ ਹੈ ਜਿਵੇਂ ਕਿ ਜਿੰਨੇ ਵੀ ਪਾਵਰਫੁਲ ਇੰਡੀਵਿਜੂਅਲ ਨੇ ਤਾ ਉਹਨਾਂ ਨੂੰ ਦੁਬਾਰਾ ਜਿਹੜਾ ਹੈ ਸੋਚਣਾ ਚਾਹੀਦਾ ਹੈਗਾ ਠੀਕ ਹੈ ਉਹ ਦੁਬਾਰਾ ਉਹ ਸੋਚਣ ਸੀਕਰੇਸੀ ਬਾਰੇ ਵੀ ਤੇ ਪ੍ਰਾਈਵੇਸੀ ਬਾਰੇ ਨਵੇਂ ਸਮਾਜ ਦੇ ਵਿੱਚ ਸੈਕੰਡ ਵਾਲਾ ਆਪਣਾ ਜਿਹੜਾ ਹੈ ਚੈਪਟਰ ਹੈ ਵਾਈ ਆਈ ਵਾਂਟ ਅ ਵਾਈਫ ਜੂਡੀ ਬਰੇਡੀ ਵਾਲਾ ਠੀਕ ਹੈ ਤਾਂ ਵਾਈ ਆਈ ਵਾਂਟ ਅ ਵਾਈਫ ਤਾਂ ਇਸ ਦੇ ਵਿੱਚ ਰਾਈਟਰ ਨੂੰ ਜਿਹੜਾ ਹੈ ਜਿਹੜੀ ਇਸ ਦੀ ਰਾਈਟਰ ਹੈ ਜੂਡੀ ਬਰੇਡੀ ਉਹਨੂੰ ਵਾਈਫ ਕਿਉਂ ਚਾਹੀਦੀ ਹੈ ਸੋ ਵਾਈ ਆਈ ਵਾਂਟ ਅ ਵਾਈਫ ਇਜ਼ ਆ ਹਿਊਮਰਸ ਐਸੇ ਬਾਈ ਜੂਡੀ ਬ੍ਰੈਡੀ ਹਿਊਮਰਸ ਹਾਸੋ ਇਨਾ ਐਸੇ ਹੈ ਇਟ ਪ੍ਰੈਜ਼ੈਂਟਸ ਹੁਣ ਇਹ ਪ੍ਰੈਜ਼ੈਂਟ ਕਰ ਰਿਹਾ ਦਾ ਆਈਡੀਓਲੋਜੀ ਥੈਟ ਕੈਨ ਬੀ ਸੀਨ ਇਨ ਪ੍ਰੈਜ਼ੈਂਟ ਟਾਈਮਸ ਆਈਡੀਓਲੋਜੀ ਜਿਹੜੀ ਹੈ ਉਸ ਦੇ ਬਾਰੇ ਸਾਨੂੰ ਦੱਸਿਆ ਗਿਆ ਜਿਹੜੀ ਕਿ ਹੁਣ ਦੇ ਟਾਈਮ ਚ ਆਪਾਂ ਦੇਖਦੇ ਆ ਇਟ ਇਜ਼ ਅ ਸਟਾਇਰਿਕ ਵਿਅੰਗ ਹੈ ਔਨ ਹਾਊ ਔਮਨ ਵਰਕ ਇਜ਼ ਟੇਕਨ ਐਸ ਗ੍ਰਾਂਟਿਡ ਕਿ ਇਸ ਨੂੰ ਜਿਹੜਾ ਹੈ ਵੀ ਔਮਨ ਜਿਹੜੀਆਂ ਨੇ ਕੰਮ ਲਈ ਉਹ ਬਣੀਆਂ ਇਸ ਚੀਜ਼ ਨੂੰ ਜਿਹੜਾ ਹੈ ਲੈ ਕੇ ਇਸ ਨੇ ਵਿਅੰਗ ਕਸਿਆ ਹੈ ਦਾ ਕੰਡੀਸ਼ਨ ਆਫ ਵਾਈਫ ਜਿਹੜੀਆਂ ਆ ਵਾਈਫ ਨੇ ਹਨਾ ਪਤਨੀਆਂ ਨੇ ਇਹਨਾਂ ਦੀ ਹਾਲਤ ਜਿਹੜੀ ਹੈ ਇਜ਼ ਮਿਜ਼ਰੇਬਲ ਬੜੀ ਹੀ ਦੁੱਖਪਰੀ ਇਹਨਾਂ ਦੀ ਜਿਹੜੀ ਹੈਗੀ ਹੈ ਕੰਡੀਸ਼ਨ ਹੋ ਚੁੱਕੀ ਹੈ ਦੇ ਵਰਕ ਐਸ ਸਰਵੈਂਟਸ ਨੌਕਰਾਂ ਦੇ ਵਾਂਗੂ ਇਹ ਕੰਮ ਕਰਦੀਆਂ ਨੇ ਦੇ ਵਰਕ ਫੋਰ 7 ਡੇਜ਼ 24 ਆਵਰਸ 24 ਘੰਟੇ ਸੱਤੋ ਦਿਨ ਕੰਮ ਕਰਦੀਆਂ ਨੇ ਦੇ ਡੂ ਨਾਟ ਟੇਕ ਲੀਵ ਉਹ ਲੀਵ ਵੀ ਨਹੀਂ ਲੈਂਦੀਆਂ ਛੁੱਟੀ ਵੀ ਨਹੀਂ ਲੈਂਦੀਆਂ ਦੇ ਡੂ 올 ਦਾ ਹਾਊਸਹੋਲਡ ਵਰਕ ਵਿਦਾਊਟ ਪੇ ਬਿਨਾ ਕਿਸੇ ਤਨਖਾਹ ਤੋਂ ਠੀਕ ਹੈ ਇਹ ਘਰ ਦਾ ਕੰਮ ਕਰਦੀਆਂ ਨੇ ਦੇ ਡੂ ਕਲੀਨਿੰਗ ਵਾਸ਼ਿੰਗ ਕੁਕਿੰਗ ਦੇ ਕਲੀਨਿੰਗ ਕੁਕਿੰਗ ਵਾਸ਼ਿੰਗ ਕਰਦੀਆਂ ਨੇ ਦੇ ਟੇਕ ਕੇਅਰ ਆਫ ਫੈਮਿਲੀ ਫੈਮਿਲੀ ਦੀ ਟੇਕ ਕੇਅਰ ਕਰਦੀਆਂ ਨੇ ਦੇ ਬੀਅਰ ਐਂਡ ਰੀਅਰ ਚਿਲड्रन ਠੀਕ ਹੈ ਬੱਚਿਆਂ ਦਾ ਲਾਲਣ ਪਾਲਣ ਪਾਲਣ ਪੋਸ਼ਣ ਕਰਦੀਆਂ ਨੇ ਸੋ ਦਾ ਰਾਈਟਰ ਆਲਸੋ ਵਾਂਟਸ ਹਰ ਵਾਈਫ ਟੂ ਪ੍ਰਿਪੇਅਰ ਚਿਲड्रन फॉर ਸਕੂਲ ਟੂ ਕੁਕ ਐਂਡ ਸਰਵ ਫੂਡ ਟੂ ਟੇਕ ਕੇਅਰ ਆਫ ਫੈਮਿਲੀ ਨੀਡਸ ਤਾਂ ਹੁਣ ਦੇਖੋ ਰਾਈਟਰ ਕਹਿੰਦੀ ਵੀ ਮੈਨੂੰ ਵੀ ਵਾਈਫ ਚਾਹੀਦੀ ਹੈ ਤਾਂ ਕਿ ਮੇਰੇ ਬੱਚਿਆਂ ਨੂੰ ਜਿਹੜਾ ਹੈ ਸਕੂਲ ਲਈ ਉਹ ਤਿਆਰ ਕਰੇ ਖਾਣਾ ਬਣਾਵੇ ਸਰਵ ਕਰੇ ਖਾਣੇ ਨੂੰ ਅਤੇ ਨਾਲ ਹੀ ਫੈਮਿਲੀ ਦੀ ਟੇਕ ਕੇਅਰ ਕਰੇ ਤੇ ਫੈਮਿਲੀ ਦੀ ਨੀਡਸ ਨੂੰ ਪੂਰੇ ਕਰਦੇ ਤਾਂ ਕਰਕੇ ਮੈਨੂੰ ਵੀ ਵਾਈਫ ਚਾਹੀਦੀ ਹੈ ਸੋ ਸ਼ੀ ਵਾਂਟਸ ਅ ਵਾਈਫ ਹੋ ਵਿਲ ਵਰਕ ਫੋਰ ਅਸ ਫੋਰ ਹਰ ਅਤੇ ਉਹਨੂੰ ਜਿਹੜੀ ਹੈ ਵਾਈਫ ਚਾਹੀਦੀ ਹੈ ਜਿਹੜੀ ਕਿ ਉਹਦੇ ਲਈ ਸਾਰੇ ਦਾ ਸਾਰਾ ਉਸਦਾ ਕੰਮ ਕਰੇ ਠੀਕ ਹੈ ਇਨ ਥਿਸ ਵੇ ਦਾ ਰਾਈਟਰ ਪ੍ਰੀਜ਼ੈਂਟਸ ਡਿਫਿਕਲਟੀਜ਼ ਆਫ ਵਾਈਫਸ ਲਾਈਫ ਤਾਂ ਇਸ ਤਰ੍ਹਾਂ ਜਿਹੜਾ ਹੈ ਇੱਕ ਵਿਅੰਗ ਦੇ ਦੌਰ ਤੇ ਜਿਹੜਾ ਹੈ ਜੁਡੀ ਵੈਰੀ ਨੇ ਪਤਨੀਆਂ ਦੇ ਨਾਲ ਜਿਹੜੀ ਡਿਫਿਕਲਟੀਜ਼ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਠੀਕ ਹੈ ਜੜੀਆਂ ਵੀ ਚੀਜ਼ਾਂ ਉਸ ਦੇ ਨਾਲ ਹੁੰਦੀਆਂ ਨੇ ਤਾਂ ਉਸ ਦੇ ਬਾਰੇ ਜਿਹੜਾ ਹੈ ਜ਼ਿਕਰ ਕੀਤਾ ਹੈ ਟਾਈਟਲਸ ਠੀਕ ਹੈ ਟਾਈਟਲ ਵਾਲਾ ਕੁਸ਼ਚਨ ਆਇਆ ਤਾਂ ਇਹ ਬਹੁਤ ਇੰਪੋਰਟੈਂਟ ਹੈ ਵਾਈ ਆਈ ਵਾਂਟ ਆ ਵਾਈਫ ਇਜ਼ ਐਨ ਇੰਟਰਸਟਿੰਗ ਐਂਡ ਮੀਨੀਫੁਲ 에ਸੇ ਤਾਂ ਮੈਨੂੰ ਪਤਨੀ ਕਿਉਂ ਚਾਹੀਦੀ ਹੈ ਏਵਲਾ ਐਸੇ ਜਿਹੜਾ ਹੈ ਇੱਕ ਇੰਟਰਸਟਿੰਗ ਤੇ ਮੀਨਿੰਗਫੁਲ ਅਰਥ ਭਰਪੂਰ ਜਿਹੜਾ ਹੈ ਬਹੁਤ ਰੂਚੀ ਭਰਪੂਰ ਜਿਹੜਾ ਹੈ ਐਸੇ ਹੈ ਦਾ ਐਸੇ ਪ੍ਰੈਜ਼ੈਂਟਸ ਲਾਈਫ ਆਫ ਅ ਵਾਈਫ ਤਾਂ ਇਜ਼ ਇਟ ਥਰੂ ਜਿਹੜਾ ਹੈ ਪਤਨੀ ਦੀ ਲਾਈਫ ਦੇ ਬਾਰੇ ਪਤਨੀ ਦੇ ਜੀਵਨ ਦੇ ਬਾਰੇ ਜਿਹੜਾ ਹੈ ਪ੍ਰੈਜ਼ੈਂਟ ਕੀਤਾ ਗਿਆ ਇਟ ਇਜ਼ ਅ ਸੈਟਾਇਰ ਇੱਕ ਵਿਅੰਗ ਹੈ ਔਨ ਦਾ ਕੰਡੀਸ਼ਨ ਆਫ ਵਾਈਫਸ ਪਤਨੀਆਂ ਦੀ ਹਾਲਾਤ ਦੇ ਉੱਤੇ ਇੱਕ ਵਿਅੰਗ ਜਿਹੜਾ ਹੈ ਉਸ ਨੂੰ ਜਿਹੜਾ ਹੈ ਹਾਈਲਾਈਟ ਕਰਨ ਵਾਲਾ ਇਹ ਐਸੇ ਹੈ ਇਸ ਐਸੇ ਦੇ ਵਿੱਚ ਇਨ ਦੀਸ ਐਸੇ ਦਾ ਰਾਈਟਰ ਪ੍ਰੀਜ਼ੈਂਟਸ ਦੈਟ ਵਾਈਫ ਡੂ 올 ਦਾ ਵਰਕ ਵਿਦਆਊਟ ਲੀਵ ਐਂਡ ਸੈਲਰੀ ਹੁਣ ਦੇਖੋ ਇਹਦੇ ਵਿੱਚ ਹੈ ਕਿ ਵਾਈਫ ਡਸ ਠੀਕ ਹੈ ਜਿਹੜੀ ਪਤਨੀ ਹੈ ਉਹ ਸਾਰੇ ਘਰ ਦੇ ਕੰਮ ਕਰਦੀ ਹੈ ਬਿਨਾ ਕਿਸੇ ਸੈਲਰੀ ਦੇ ਬਿਨਾ ਕਿਸੇ ਛੁੱਟੀ ਦੇ ਆ ਵਾਈਫ ਵਰਕਸ ਫੋਰ 7 ਡੇਜ਼ ਐਂਡ 24 ਆਰਸ ਉਹ 24 ਘੰਟੇ ਸੱਤੋ ਦੇ ਸੱਤੋ ਦਿਨ ਕੰਮ ਕਰਦੀ ਹੈ ਸ਼ੀ ਡਸ 올 ਹਾਊਸ ਹਹੋਲਡ ਵਰਕ ਉਹ ਸਾਰਾ ਘਰਿਲੂ ਕੰਮ ਕਰਦੀ ਹੈ the writer says that hun writer jehdi hai oh keh rahi hai that i also want a wife mainu vi wife chahidi hai who will do all the work for me jehdi mere layi sara ghar da kam karegi who will take care for my family jehdi mere ghar de jehde hai family member di meri family di jehdi hai dekhbhaal karegi the title is a satirical and fully satisfied hun dekho jehda title hai bilkul vyangatmak pesh kita gaya hai te ਪੂਰੀ ਤਰ੍ਹਾਂ ਜਸਟੀਫਾਈ ਕਰਦਾ ਕਿਉਂਕਿ ਇਸ ਦੇ ਵਿੱਚ ਇਹੀ ਗੱਲ ਕੀਤੀ ਗਈ ਹੈ ਕਿ ਮੈਨੂੰ ਵਾਈਫ ਕਿਉਂ ਚਾਹੀਦੀ ਹੈ ਕਿਉਂ ਚਾਹੀਦੀ ਹੈ ਕਿ ਮੇਰੇ ਘਰਦਿਆਂ ਦਾ ਖਿਆਲ ਰੱਖੇ ਮੇਰੇ ਬੱਚਿਆਂ ਨੂੰ ਵੀ ਜਿਹੜਾ ਹੈ ਉਹ ਸਕੂਲ ਤਿਆਰ ਕਰਕੇ ਭੇਜੇ ਉਹਨਾਂ ਲਈ ਖਾਣਾ ਬਣਾਵੇ ਮੇਰੇ ਹਸਬੰਡ ਦੀਆਂ ਵੀ ਨੀਡਸ ਪੂਰੀਆਂ ਕਰੇ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਪੂਰੀਆਂ ਕਰਨ ਦੇ ਲਈ ਹੈ ਜਿਹੜਾ ਹੈ ਮੈਨੂੰ ਇੱਕ ਵਾਈਫ ਚਾਹੀਦੀ ਹੈ ਕਿ ਉਹ ਕੀ ਹੈਗੀ 24 ਘੰਟੇ ਸੱਤੋ ਦਿਨ ਜਿਹੜਾ ਹੈ ਵਰਕਰ ਵਾਂਗੂ ਗੁਲਾਮ ਵਾਂਗੂ ਨੌਕਰ ਵਾਂਗੂ ਜਿਹੜਾ ਹੈ ਕੰਮ ਕਰੇਗੀ ਸੋ ਇਸ ਕਰਕੇ ਠੀਕ ਹੈ ਸੋ वट डज़ द रइटर वोंट द वाइफ टू डू वेन द फॉर्मर इज़ एट स्कूल ठीक है तो हम इतिया कि जी राइटर है उसू पत्नी आ, उसनों पत्नी क्यों चाहिए वाइफ क्यों चाहिए ज़िए ज़िए जावे? जो स्कूल जाए ड्यूटीज़ ऑफ अ वाइफ एज अ मदर वाई आई वोंट आ वाइफ तो जो ए ड्यूटीज़ ऑफ मदर की गल की गई है ठीक है दोनों ने क्वेश्चन सेम है कि जो घर तो ਬਾਰ ਹੋਵੇ ਤਾਂ ਉਸ ਨੂੰ ਵਾਈਫ ਕਿਉਂ ਚਾਹੀਦੀ ਹੈ ਤਾਂ ਡਿਊਟੀਆਂ ਜਿਹੜੀਆਂ ਨੇ ਵਾਈਫ ਦੀਆਂ ਕੀ ਨੇ ਮਦਰ ਦੇ ਤੌਰ ਤੇ ਉੱਤੇ ਤਾਂ ਰਾਈਟਰ ਡਿਜ਼ਾਇਰਡ ਟੂ ਗੋ ਬੈਕ ਟੂ ਸਕੂਲ ਸੋ ਥੈਟ ਸ਼ੀ ਕੈਨ ਬਿਕਮ ਇਕਨੋਮਿਕਲੀ ਇੰਡੀਪੈਂਡੈਂਟ ਹੁਣ ਇਹ ਕਹਿੰਦੀ ਵੀ ਮੈਂ ਸਕੂਲ ਜਾਣਾ ਤੇ ਮੈਂ ਜਿਹੜਾ ਹੈਗਾ ਵੀ ਮੈਂ ਜਿਹੜਾ ਹੈਗਾ ਸਕੂਲ ਜਾਣਾ ਤੇ ਇਸ ਲਈ ਜਿਹੜਾ ਹੈ ਇਕਨੋਮਿਕਲੀ ਕਿਉਂਕਿ ਉਹ ਇੰਡੀਪੈਂਡੈਂਟ ਹੋਣਾ ਚਾਹੁੰਦੀ ਹੈ ਠੀਕ ਹੈ ਕਹਿੰਦੀ ਮੈਂ ਸਕੂਲ ਜਾ ਕੇ ਜਿਹੜਾ ਹੈ ਆਪਣਾ ਜਾਣਾ ਚਾਹੁੰਦੀ ਹੈ ਸ਼ੀ ਵਾਂਟਸ ਟੂ ਸਪੋਰਟ ਹਰਸੈਲਫ ਐਂਡ ਆਦਰਸ ਵੀ ਮੈਂ ਆਪਣੇ ਬੰ ਨੂੰ ਸਪੋਰਟ ਤੇ ਹੋਰਾਂ ਨੂੰ ਸਪੋਰਟ ਕਰਨਾ ਚਾਹੁੰਦੀ ਆ ਆਪਣੇ ਘਰ ਦੇਆਂ ਨੂੰ ਸੋਸ਼ੀ ਵਾਂਟਸ ਆ ਵਾਈਫ ਹੂ ਵਿਲ ਵਰਕ ਐਟ ਹਰ ਪਲੇਸ ਐਂਡ ਸੈਂਡ ਦਾ ਰਾਈਟਰ ਟੂ ਸਕੂਲ ਕਹਿੰਦੀ ਮੈਨੂੰ ਜਿਹੜੀ ਹੈ ਵਾਈਫ ਤਾਂ ਚਾਹੀਦੀ ਹੈ ਜਿਹੜੀ ਮੇਰੇ ਲਈ ਜਿਹੜਾ ਹੈ ਘਰ ਦਾ ਕੰਮ ਕਰੇਗੀ ਮੇਰੇ ਪਲੇਸ ਦੇ ਉੱਤੇ ਅਤੇ ਜਿਹੜਾ ਹੈ ਮੈਨੂੰ ਸਕੂਲ ਵੀ ਭੇਜੇਗੀ ਰਾਈਟਰ ਵਾਂਟਸ ਹਰ ਟੂ ਟੇਕ ਕੇਅਰ ਆਫ ਹਰ ਚਿਲड्रन ਵੈਨ ਸ਼ੀ ਇਜ਼ ਅਵੇ ਐਟ ਸਕੂਲ ਕਹਿੰਦੀ ਵੀ ਮੈਨੂੰ ਆਪਣੇ ਬੱਚਿਆਂ ਦੀ ਦੇਖਭਾਲ ਲਈ ਵੀ ਜਿਹੜੀ ਹੈਗੀ ਪਤਨੀ ਚਾਹੀਦੀ ਹੈ ਜ ਜਦੋਂ ਕਿ ਮੈਂ ਘਰ ਤੋਂ ਬਾਹਰ ਬਾਹਰ ਜਾਂਦੀ ਆ ਤਾਂ ਮੈਨੂੰ ਜਿਹੜਾ ਹੈ ਮੇਰੇ ਬੱਚਿਆਂ ਦੀ ਦੇਖਭਾਲ ਲਈ ਘਰੇ ਵੀ ਜਿਹੜੀ ਹੈਗੀ ਹੈ ਵਾਈਫ ਚਾਹੀਦੀ ਹੈ ਸ਼ੀ ਵਾਂਟਸ ਹਰ ਹੁਣ ਉਹਨੂੰ ਜਿਹੜੀ ਹੈ ਵਾਈਫ ਕਿਉਂ ਚਾਹੀਦੀ ਹੈ ਟੂ ਟੇਕ 올 ਦਾ ਰਿਸਪੌਂਸਿਬਿਲਟੀਜ਼ ਜਿਹੜੀ ਸਾਰੀਆਂ ਜ਼ਿੰਮੇਵਾਰੀਆਂ ਲਵੇ ਸ਼ੀ ਵਾਂਟਸ ਦੈਟ ਹੁਣ ਇਹ ਵੀ ਚਾਹੁੰਦੀ ਹੈ ਦੈਟ ਦਾ ਵਾਈਫ ਵਿਲ ਕੀਪ ਹਰ ਹਾਊਸ ਕਲੀਨ ਕਿ ਜਿਹੜੀ ਵਾਈਫ ਹੈ ਹਾਊਸ ਨੂੰ ਕਲੀਨ ਕਰੇਗੀ ਵਾਸ਼ ਕਰੇਗੀ ਕਲੋਥ ਨੂੰ ਅਤੇ ਬੱਚਿਆਂ ਨੂੰ ਵੀ ਜਿਹੜਾ ਹੈ ਕਲੀਨ ਰੱਖੇਗੀ ਕੀਪ ਚਿਲड्रन ਕਲੀਨ ਸਾਫ ਸੁਥਰਾ ਰੱਖੇਗੀ ਦਾ ਵਾਈਫ ਵਿਲ ਬੀ ਅ ਗੁੱਡ ਨਰਚਰ اٹੈਂਡੈਂਟ ਟੂ ਹਰ ਚਿਲड्रन ਇੱਕ ਅੱਛੀ ਨਰਚਰ اٹੈਂਡੈਂਟ ਦੇ ਤੌਰ ਦੇ ਉੱਤੇ ਜਿਹੜੀ ਹੈ ਬੱਚਿਆਂ ਲਈ ਕੰਮ ਕਰੇਗੀ ਉਹ ਹੋਵੇਗੀ ਠੀਕ ਹੈ ਵੈਨ ਐਨੀ ਫੈਮਿਲੀ ਮੈਂਬਰ ਫਾਲਸ ਸਿਕ ਹੁਣ ਕੋਈ ਵੀ ਅਗਰ ਮੈਂਬਰ ਜਿਹੜਾ ਹੈ ਬਿਮਾਰ ਹੁੰਦਾ ਫਾਲਸ ਸਿਕ ਮਤਲਬ ਬਿਮਾਰ ਹੁੰਦਾ ਦਾ ਵਾਈਫ ਵਿਲ ਟੇਕ ਕੇਅਰ ਆਫ ਥੈਮ ਅਗਰ ਕੋਈ ਵੀ ਬੰਦਾ ਜਿਹੜਾ ਹੈ ਘਰ ਦਾ ਬਿਮਾਰ ਹੁੰਦਾ ਤਾਂ ਜਿਹੜੀ ਵਾਈਫ ਹੈ ਉਹਨਾਂ ਦੀ ਦੇਖਭਾਲ ਕਰੇਗੀ ਹਨ ਡਿਊਟੀਆਂ ਆਫ ਵਾਈਫ ਐਸ ਰਿਗਾਰਡ ਟੂ ਪ੍ਰੇਪਰੇਸ਼ਨ ਆਫ ਫੂਡ ਐਂਡ ਟੇਕ ਕੇਅਰ ਹੁਣ ਘਰ ਪਰਿਵਾਰ ਦੇ ਵਿੱਚ ਜਿਹੜਾ ਹੈ ਖਾਣਾ ਬਣਾਉਣ ਅਤੇ ਟੇਕ ਕੇਅਰ ਕਰਨ ਦੇ ਵਿੱਚ ਵਾਈਫ ਦੀਆਂ ਡਿਊਟੀਆਂ ਕੀ ਰਿਗਾਰਡ ਕੀਤੀਆਂ ਗਈਆਂ ਨੇ ਹਾਊ ਕੈਨ ਆ ਵਾਈਫ ਹੈਲਪ ਦਾ ਹਸਬੈਂਡ ਇਨ ਸੋਸ਼ਲ ਲਾਈਫ ਜਾਂ ਫਿਰ ਇਹ ਕੁਐਸਚਨ ਆ ਜਾਂਦਾ ਕਿ ਜਿਹੜੀ ਹਸਬੈਂਡ ਦੀ ਸੋਸ਼ਲ ਕਿੱਦਾਂ ਜਿਹੜੀ ਹੈ ਹਸਬੈਂਡ ਨੂੰ ਸੋਸ਼ਲ ਲਾਈਫ ਦੇ ਵਿੱਚ ਵਾਈਫ ਜਿਹੜੀ ਹੈਗੀ ਹੈ ਹੈਲਪ ਕਰਦੀ ਹੈ ਦਾ ਰਾਈਟਰ ਸੇਜ਼ ਦੈਟ ਸ਼ੀ ਵਾਂਟਸ ਆ ਵਾਈਫ ਹੂ ਵਿਲ ਟੇਕ ਕੇਅਰ ਆਫ ਹਰ ਸੋਸ਼ਲ ਲਾਈਫ ਹੁਣ ਇਹ ਕਹਿ ਰਹੀ ਕਹਿੰਦੀ ਵੀ ਮੈਨੂੰ ਵਾਈਫ ਤਾਂ ਚਾਹੀਦੀ ਹੈ ਜਿਹੜੀ ਮੇਰੀ ਸੋਸ਼ਲ ਲਾਈਫ ਸਮਾਜਿਕ ਜੀਵਨ ਹੈ ਉਸ ਦੀ ਵੀ ਕੇਅਰ ਕਰੇਗੀ ਸ਼ੀ ਵਿਲ ਪ੍ਰੇਪੇਅਰ ਸਪੈਸ਼ਲ ਮੀਲਸ ਸ਼ੀ ਵਿਲ ਕਲੀਨ ਦਾ ਹਾਊਸ ਐਂਡ ਸ਼ੀ ਵਿਲ ਟੇਕ ਕੇਅਰ ਫੋਰ ਹਰ ਬੇਬੀਜ਼ ਕਹਿੰਦੀ ਵਾਈਫ ਮੈਨੂੰ ਤਾਂ ਚਾਹੀਦੀ ਹੈ ਤਾਂ ਕਿ ਮੇਰੇ ਲਈ ਜਿਹੜੀ ਅੱਛਾ ਖਾਣਾ ਬਣਾਵੇਗੀ ਮੇਰੇ ਘਰ ਨੂੰ ਸਾਫ਼ ਰੱਖੇਗੀ ਠੀਕ ਹੈ ਅਤੇ ਨਾਲ ਹੀ ਜਿਹੜਾ ਹੈ ਉਸ ਦੇ ਬੇਬੀਜ਼ ਦਾ ਵੀ ਖਿਆਲ ਰੱਖੇਗੀ ਬੱਚਿਆਂ ਦਾ ਦਾ ਵਾਈਫ ਆਲਸੋ ਲੁੱਕ ਦਾ ਨੀਡਸ ਆਫ ਦਾ ਗੈਸਟ ਐਂਡ ਮੇਕ ਥੈਮ ਫੀਲ ਕੰਫਰਟੇਬਲ ਫਿਰ ਜਦੋਂ ਘਰ ਦੇ ਘਰ ਦੇ ਵਿੱਚ ਗੈਸਟ ਆਣਗੇ ਤਾਂ ਉਹਨਾਂ ਦੀਆਂ ਨੀਡਸ ਦਾ ਵੀ ਧਿਆਨ ਰੱਖੇਗੀ ਤੇ ਨਾਲ ਹੀ ਜਿਹੜਾ ਹੈ ਉਹਨਾਂ ਨੂੰ ਕੰਫਰਟੇਬਲ ਫੀਲ ਕਰਾਏਗੀ ਸ਼ੀ ਵਿਲ ਫਿਲ देयर ਵਾਈਨ ਗਲਾਸੇਸ ਠੀਕ ਹੈ ਗੈਸਟਾਂ ਦੇ ਵਾਈਨ ਗਲਾਸੇਸ ਭਰੇਗੀ ਭਾਂਡੇ ਮਾਂਜੇਗੀ ਠੀਕ ਹੈ ਉਹਨਾਂ ਨੂੰ ਸਰਵ ਕਰੇਗੀ ਖਾਣਾ ਬਣਾਏਗੀ ਸ਼ੀ ਵਿਲ ਆਲਸੋ ਸਰਵ ਕਾਫੀ ਠੀਕ ਕਾਫੀ ਵੀ ਸਰਵ ਕਰੇਗੀ ਤੇ ਵਾਈਨ ਗਲਾਸੇਸ ਨੂੰ ਵੀ ਫਿਲ ਕਰੇਗੀ ਤਾਂ ਕਿ ਮੈਨੂੰ ਜਿਹੜਾ ਹੈ ਸਮਾਜ ਦੇ ਵਿੱਚ ਵਾਈਫ ਦੀ ਲੋੜ ਹੈ ਠੀਕ ਹੈ ਘਰੇ ਤਾਂ ਲੋੜ ਹੈ ਸਮਾਜ ਦੇ ਵਿੱਚ ਕਿਉਂ ਲੋੜ ਹੈ ਤਾਂ ਇਹ ਕੁਐਸਚਨ ਵੀ ਜਿਹੜਾ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਨੈਕਸਟ ਚੈਪਟਰ ਹੈ ਔਨ ਲੈਟਰ রাইਟਿੰਗ ਰਿਟਨ ਬਾਈ ਏਜੀ ਗਾਰਡਨਰ ਸੋ ਸ਼ਾਰਟ ਕੁਸ਼ਨ ਕਵਰ ਕਰਾਂਗੇ ਹਾਊ ਡਿਡ ਬਿਲ ਐਂਡ ਸैम ਲਾਈਕ রাইਟਿੰਗ ਲੈਟਰਸ ਤਾਂ ਬਿਲ ਅਤੇ ਸैम ਨੂੰ ਚਿੱਠੀਆਂ ਲਿਖਣਾ ਕਿਉਂ ਪਸੰਦ ਹੈ ਸੋ ਏਜੀ ਗਾਰਡਨਰ ਹੈਜ਼ ਪ੍ਰੀਜ਼ੈਂਟਡ ਦ ਕਨਵਰਸੇਸ਼ਨ ਇਹਨਾਂ ਦੋਨਾਂ ਦੀ ਕਨਵਰਸੇਸ਼ਨ ਇਹਨਾਂ ਨੇ ਏਜੀ ਗਾਰਡਨਰ ਰਾਈਟਰ ਨੇ ਪ੍ਰੀਜ਼ੈਂਟ ਕੀਤੀ ਹੈ ਬਿਟਵੀਨ ਟੂ ਸੋਲਜਰਸ ਬਿਲ ਐਂਡ ਸैम ਤਾਂ ਬਿਲ ਐਂਡ ਸैम ਜਿਹੜੇ ਨੇ ਉਹੋ ਦੋ ਸੋਲਜਰ ਨੇ ਤੇ ਇਹਨਾਂ ਦੀ ਕਨਵਰਸੇਸ਼ਨ ਯਾਨੀ ਕਿ ਵਾਰਤਾਲਾਪ ਇਹਨਾਂ ਨੇ ਪੇਸ਼ ਕੀਤੀ ਹੈ ਦੇ ਸੀਮ ਟੂ ਬੀ ਬ੍ਰਦਰਸ ਉਹ ਬ੍ਰਦਰਸ ਵਾਂਗੂ ਲੱਗ ਰਹੇ ਨੇ ਦੇ ਆਰ ਟਾਕਿੰਗ ਅਬਾਊਟ ਦ ਡਿਫਿਕਲਟੀਜ਼ ਆਫ ਲੈਟਰ ਰਾਈਟਿੰਗ ਐਟ ਦ ਰੇਲਵੇ ਸਟੇਸ਼ਨ ਹੁਣ ਉਹ ਰੇਲਵੇ ਸਟੇਸ਼ਨ ਤੇ ਨੇ ਠੀਕ ਹੈ ਤਾਂ ਉਹ ਜਿਹੜਾ ਹੈ ਆਪਣੀਆਂ ਡਿਫਿਕਲਟੀਜ਼ ਨੂੰ ਸ਼ੇਅਰ ਕਰ ਰਹੇ ਆ ਕਿ ਚਿੱਠੀ ਲਿਖਣ ਦੇ ਵਿੱਚ ਕਿਹੜੀਆਂ-ਕਿਹੜੀਆਂ ਡਿਫਿਕਲਟੀਜ਼ ਜੜੀਆਂ ਨੇ ਆਉਂਦੀਆਂ ਨੇ ਠੀਕ ਹੈ ਰੇਲਵੇ ਸਟੇਸ਼ਨ ਤੇ ਇਹ ਜਿਹੜੇ ਨੇ ਦੋਨੋਂ ਪ੍ਰਾ ਮੌਜੂਦ ਨੇ ਸੈਮ ਆਸਕਸ ਹਿਸ ਬ੍ਰਦਰ ਹੁਣ ਸੈਮ ਜਿਹੜਾ ਹੈ ਉਹਨੂੰ ਪੁੱਛਦਾ ਹੈ ਬਿਲ ਨੂੰ ਪੁੱਛ ਰਿਹਾ ਆਪਣੇ ਬ੍ਰਦਰ ਨੂੰ ਬਿਲ ਨਾਟ ਟੂ ਫੋਰਗੇਟ ਲੈਟਰ ਰਾਈਟਿੰਗ ਵੀ ਚਿੱਠੀ ਲਿਖਣਾ ਨਾ ਭੁੱਲਣੀ ਬਿਲ ਆਲਸੋ ਸੇਜ਼ ਥੈਟ ਹੀ ਵਿਲ ਡੈਫੀਨਿਟਲੀ ਰਾਈਟ ਲੈਟਰ ਉਹ ਵੀ ਕਹਿ ਰਿਹਾ ਕਿ ਮੈਂ ਜ਼ਰੂਰੀ ਚਿੱਠੀ ਲਿਖੂੰਗਾ ਬੋਥ ਬ੍ਰਦਰਸ ਫਾਈਂਡ ਡਿਫਿਕਲਟ ਟੂ ਰਾਈਟ ਲੈਟਰਸ ਦੋਨੋਂ ਜਿਹੜੇ ਨੇ ਬ੍ਰਦਰ ਉਹਨਾਂ ਨੂੰ ਜਿਹੜਾ ਹੈ ਚਿੱਠੀ ਲਿਖਣ ਦੀ ਜਿਹੜੀ ਹੈ ਡਿਫਿਕਲਟ ਲੱਗ ਰਿਹਾ ਹੈ ਬਿਲ ਫਾਈਂਡਸ ਥੈਟ ਲਵ ਲੈਟਰ ਰਾਈਟਿੰਗ ਇਸ ਈਜ਼ੀ ਹੁਣ ਬਿਲ ਕਹਿ ਰਿਹਾ ਕਹਿੰਦਾ ਲਵ ਲੈਟਰ ਲਿਖਣਾ ਤਾਂ ਈਜ਼ੀ ਹੈ ਬਿਕੋਜ਼ ਯੂ ਕੈਨ ਰਾਈਟ ਐਨੀਥਿੰਗ ਇਨ ਦੈਟ ਤੁਸੀਂ ਕੁਝ ਵੀ ਲਿਖ ਸਕਦੇ ਹੋ ਠੀਕ ਹੈ ਇੱਕ ਦੂਜੇ ਨੂੰ ਕਹਿੰਦੇ ਕਿ ਚਿੱਠੀ ਲਿਖੀ ਪਰ ਉਹਨਾਂ ਨੂੰ ਚਿੱਠੀ ਲਿਖਣਾ ਡਿਫਿਕਲਟ ਲੱਗ ਰਿਹਾ ਤੇ ਬਿਲ ਕਹਿੰਦਾ ਵੀ ਲਵ ਲੈਟਰ ਜਿਹੜੇ ਹੁੰਦੇ ਨੇ ਠੀਕ ਹੈ ਪ੍ਰੇਮ ਪੱਤਰ ਉਹ ਲਿਖਣੇ ਆਸਾਨ ਨੇ ਕਿ ਤੁਸੀਂ ਕੁਝ ਵੀ ਲਿਖ ਸਕਦੇ ਹੋ ਬਟ ਫੈਮਿਲੀ ਲੈਟਰਸ ਆਰ ਡਿਫਿਕਲਟ ਟੂ ਰਾਈਟ ਲੇਕਿਨ ਕਹਿੰਦਾ ਜਿਹੜੇ ਪਰਿਵਾਰ ਨੂੰ ਚਿੱਠੀ ਲਿਖਣੀ ਹੈ ਉਹ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਬਿਕੋਜ਼ ਯੂ ਹੈਵ ਟੂ ਰਾਈਟ मीनिंगफुल ਵਰਡਸ ਤਾਂ ਤੁਹਾਨੂੰ मीनिंगफुल ਵਰਡਸ ਵਰਡ ਜਿਹੜੇ ਨੇ ਉਹ ਲਿਖਨੇ ਪੈਂਦੇ ਨੇ ਜਦਕਿ ਪ੍ਰੇਮ ਪੱਤਰ 'ਚ ਤੁਸੀਂ ਕੁਝ ਵੀ ਲਿਖ ਸਕਦੇ ਹੋ ਠੀਕ ਹੈ ਜੋ ਚਾਹੇ ਤੁਹਾਡੇ ਦਿਲ 'ਚ ਆਉਂਦਾ ਲੇਕਿਨ ਆਪਾਂ ਨੂੰ ਫੈਮਿਲੀ ਨੂੰ ਜਦੋਂ ਆਪਾਂ ਚਿੱਠੀ ਲਿਖਣੀ ਹੈ ਤਾਂ मीनिंगफुल ਵਰਡਸ ਉਹਦੇ ਵਿੱਚ ਅਰਥ ਭਰਪੂਰ ਜਿਹੜੇ ਨੇ ਸ਼ਬਦ ਜ਼ਰੂਰ ਹੋਣੇ ਚਾਹੀਦੇ ਨੇ ਵਟ ਆਰ ਦਾ ਥਿੰਗਸ ਅਕੋਰਡਿੰਗ ਟੂ ਦਾ ਆਥਰ 댓 ਹੈਵ ਰੂਇਨਡ ਦਾ ਆਰਟ ਆਫ ਲੈਟਰ ਰਾਈਟਿੰਗ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿਹੜੀ ਚਿੱਠੀ ਲਿਖਣ ਦੀ ਕਲਾ ਹੈ ਉਸਨੂੰ ਖਰਾਬ ਕਰ ਦਿੱਤਾ ਬਰਬਾਦ ਕਰ ਦਿੱਤਾ ਸੋ ਦਾ ਆਰਟ ਆਫ ਲੈਟਰ ਰਾਈਟਿੰਗ ਹੈਵ ਬੀਨ ਰੂਇਨਡ ਤਾਂ ਇਹ ਕਲਾ ਜਿਹੜੀ ਹੈਗੀ ਹੈ ਇਹ ਖਰਾਬ ਹੋ ਰਹੀ ਹੈ ਬਰਬਾਦ ਹੋ ਗਈ ਹੈ ਸੋ ਇਟ ਇਜ਼ ਨਾਟ ਬੀਨ ਪ੍ਰੈਕਟਾਈਜ਼ਡ ਇਨ ਥੀਸ ਡੇਜ਼ ਇਹਨਾਂ ਦਿਨਾਂ ਵਿੱਚ ਚਿੱਠੀ ਕੋਈ ਵੀ ਨਹੀਂ ਲਿਖਦਾ ਇਸ ਨੂੰ ਨਹੀਂ ਪ੍ਰੈਕਟਾਈਜ਼ ਕੀਤਾ ਜਾਂਦਾ ਲੈਟਰ ਰਾਈਟਿੰਗ ਹੈਜ਼ ਬੀਕਮ ਵੈਰੀ ਚੀਪ ਹੁਣ ਦੇਖੋ ਪਹਿਲਾਂ ਲੈਟਰ ਰਾਈਟਿੰਗ ਬਹੁਤ ਮਹਿੰਗੇ ਹੁੰਦੇ ਸੀ ਲੇਕਿਨ ਹੁਣ ਤਾਂ ਇਹ ਬਹੁਤ ਚੀਪ ਹੋ ਗਏ ਨੇ ਬਟ ਪੀਪਲ ਆਰ ਬਿਜ਼ੀ ਪਰ ਹੁਣ ਕੀ ਇਹ ਲੋਕ ਹੀ ਨੇ ਬਿਜ਼ੀ ਰੁਜੇ ਹੋਏ ਨੇ ਦੇ ਹੈਵ ਨੋ ਟਾਈਮ ਟੂ ਸਿਟ ਉਹਨਾਂ ਕੋਲ ਟਾਈਮ ਨਹੀਂ ਹੈ ਕਿ ਉਹ ਬੈਠਣ ਐਂਡ ਰਾਈਟ ਅਤੇ ਲਿਖਣ ਦਾ ਟੈਲੀਫੋਨ ਦਾ ਟੈਲੀਗ੍ਰਾਫ ਐਂਡ ਦਾ ਟਾਈਪਰਾਈਟਰਸ ਹੈਵ ਡਿਸਟਰੋਇਡ ਥਿਸ ਆਰਟ ਹੁਣ ਕਿਹੜੀ ਚੀਜ਼ ਨੇ ਇਸ ਕਲਾ ਨੂੰ ਖਰਾਬ ਕੀਤਾ ਹੈ ਟੈਲੀਫੋਨ ਨੇ ਟੈਲੀਗ੍ਰਾਫ ਨੇ ਤੇ ਟਾਈਪਰਾਈਟਰ ਨੇ ਲੈਟਰਸ ਵਰ ਟ੍ਰੈਜ਼ਰਸ ਆਫ ਦਾ ਪਾਸਟ ਹੁਣ ਦੇਖੋ ਪੁਰਾਣੇ ਸਮੇਂ ਚ ਇੱਕ ਖਜ਼ਾਨੇ ਵਾਂਗੂ ਹੁੰਦੇ ਸੀ ਪੀਪਲ ਯੂਜ਼ਡ ਟੂ ਪ੍ਰੀਜ਼ਰਵ ਥੈਮ ਲੋਕ ਉਹਨਾਂ ਨੂੰ ਸਾਮ ਕੇ ਰੱਖਦੇ ਸੀ ਬਿਕੋਜ਼ ਦੇ ਵਰ ਰੇਅਰ 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 ਦਾ ਮਤਲਬ ਕੀ ਹੁੰਦਾ ਹੈ ਜਿਹੜੇ ਅਨਮੋਲ ਸੀ ਤੇ ਬਹੁਤ ਹੀ ਰੇਅਰ ਨੇ ਜਿਹੜੇ ਕੱਟ ਮਿਲਦੇ ਨੇ ਠੀਕ ਹੈ ਤਾ ਇਹਨਾਂ ਨੂੰ ਲੋਕ ਜਿਹੜੇ ਸੀ ਬੇਸ਼ਕੀਮਤੀ ਚੀਜ਼ਾਂ ਦੇ ਵਾਂਗੂ ਰੇਅਰ ਚੀਜ਼ਾਂ ਦੇ ਵਾਂਗੂ ਸਾਮ ਕੇ ਰੱਖਦੇ ਸੀ ਬਟ ਨਾਓ ਟੈਕਨੋਲੋਜੀ ਇਜ਼ ਗਰੋਇੰਗ ਹੁਣ ਟੈਕਨੋਲੋਜੀ ਜਿਹੜੀ ਇਹ ਤਕਨੀਕ ਹੈ ਜਿਹੜੀ ਗਰੋ ਹੋ ਰਹੀ ਹੈ ਵਿਕਾਸ ਹੋ ਰੇ ਦਾ ਐਂਡ ਲੈਟਰ ਰਾਈਟਿੰਗ ਇਜ਼ ਲੋਸਟ ਅਤੇ ਇਹ ਚੀਜ਼ ਜਿਹੜੀ ਹੈ ਇਹ ਕਲਾ ਲੋਸਟ ਹੋ ਰਹੀ ਹੈ ਥਰਡ ਕੁਐਸਚਨ ਹੈ ਵਾਟ ਇਜ਼ ਦ ਰੈਸਿਪੀ ਆਫ ਗੁੱਡ ਲੈਟਰ ਰਾਈਟਿੰਗ ਰੈਸਿਪੀ ਕੀ ਹੈ ਗੁੱਡ ਲੈਟਰ ਰਾਈਟਿੰਗ ਦੀ ਤੇ ਪਲੱਸ ਐਸੇ ਤੇ ਲੈਟਰ ਚ ਕੀ ਫਰਕ ਹੈ ਸੋ ਜਿਹੜਾ ਲੈਟਰ ਹੈ ਲੈਟਰ ਇਜ਼ ਰਿਟਰਨ ਇਨ ਅ ਡਿਫਰੈਂਟ ਮੈਨਰ ਡਿਫਰੈਂਟ ਮੈਨਰ ਚ ਲਿਖਿਆ ਜਾਂਦਾ ਹੈ ਮੇਨ ਆਬਜੈਕਟਿਵ ਮੁਖਦੇਸ਼ ਕੀ ਹੁੰਦਾ ਲੈਟਰ ਰਾਈਟਿੰਗ ਦਾ ਇਸ ਟੂ ਅਨੇਬਲ ਦਾ ਰੀਡਰ ਫੀਲ ਦਾ ਇਮੋਸ਼ਨਸ ਤਾਂ ਕਿ ਜਿਹੜਾ ਹੈ ਪੜਨ ਵਾਲਾ ਇਮੋਸ਼ਨਸ ਨੂੰ ਸਮਝੇ ਲਿਖਣ ਵਾਲੇ ਦੇ ਠੀਕ ਹੈ ਤਾਂ ਲੈਟਰ ਰਾਈਟਿੰਗ ਇਸ ਚੀਜ਼ ਨੂੰ ਵੀ ਜਿਹੜਾ ਹੈ ਦੇਖ ਕੇ ਮੁਖ ਰੱਖ ਕੇ ਜਿਹੜਾ ਹੈ ਲਿਖਿਆ ਜਾਂਦਾ ਸੋ ਹੀ ਇਸ ਏਬਲ ਟੂ ਅੰਡਰਸਟੈਂਡ ਸਿਚੁਏਸ਼ਨਸ ਐਂਡ ਫੀਲਿੰਗਸ ਆਫ ਦਾ ਰਾਈਟਰ ਰਾਈਟਰ ਦੀ ਇਹ ਇਮੋਸ਼ਨਸ ਨੂੰ ਤੇ ਉਹ ਜਿਹੇ ਸਿਚੁਏਸ਼ਨਸ ਨੂੰ ਸਮਝਣ ਲਈ ਜਿਹੜਾ ਹੈ ਉਹ ਯੋਗ ਹੋਵੇ ਤਾਂ ਇਹ ਤਾਂ ਕਰਕੇ ਲੈਟਰ ਲਿਖੀ ਜਾਂਦੀ ਹੈ ਬਟ ਔਨ ਦਾ ਅਦਰ ਹੈਂਡ 에ਸੇ ਹੈਜ਼ ਐਬਸਟ੍ਰੈਕਟ ਆਈਡੀਆਜ਼ ਹੁਣ ਦੇਖੋ 에ਸੇ ਦੇ ਵਿੱਚ ਆਈਡੀਆਜ਼ ਜਿਹੜੇ ਨੇ ਅਮੂਰਤ ਹੁੰਦੇ ਨੇ ਇਮੋਸ਼ਨਸ ਇਹਦੇ ਵਿੱਚ ਨਹੀਂ ਹੁੰਦੇ ਜਿਹੜੇ ਕਿ ਚਿੱਠੀ ਦੇ ਵਿੱਚ ਹੁੰਦੇ ਨੇ ਠੀਕ ਚਿੱਠੀ ਦੇ ਵਿੱਚ ਜਿਹੜਾ ਹੈ ਜਿਹੜਾ ਲੇਖਕ ਉਹ ਹੁੰਦਾ ਹੈ ਲਿਖਣ ਵਾਲਾ ਉਸੇ ਇਮੋਸ਼ਨਸ ਜਿਹੜਾ ਹੈ ਰੀਡਰ ਜਿਹੜਾ ਪੜਨ ਵਾਲਾ ਉਹ ਸਮਝਦਾ ਹੈ ਠੀਕ ਹੈ لیکن ਲੈਟਰਸ ਐਸਾ ਕੁਝ ਨਹੀਂ ਹੁੰਦਾ ਐਬਸਟ੍ਰੈਕਟ ਆਈਡੀਆ ਹੁੰਦੇ ਨੇ ਅਮੂਰਤ ਜਿਹੜੇ ਨੇ ਵਿਚਾਰ ਹੁੰਦੇ ਨੇ ਇਟ ਇਜ਼ ਨੋਟ ਬੇਸਡ ਔਨ ਫੀਲਿੰਗਸ ਐਂਡ ਇਮੋਸ਼ਨਸ ਇਹ ਫੀਲਿੰਗਸ ਅਤੇ ਇਮੋਸ਼ਨ ਬੇਸਡ ਨਹੀਂ ਹੁੰਦਾ ਜਿਹੜਾ ਐਸੇ ਹੁੰਦਾ ਹੈ ਲੈਟਰ ਦੇ ਵਿੱਚ ਇਹ ਸਭ ਕੁਝ ਹੁੰਦਾ ਹੈ ਦ ਰੈਸিপি ਔਫ ਗੁੱਡ ਲੈਟਰ ਰਾਈਟਿੰਗ ਇਜ਼ ਥੈਟ ਅ ਗੁੱਡ ਲੈਟਰ ਸ਼ੁੱਡ ਬੀ ਸਿੰਪਲ ਐਂਡ ਪਰਫੈਕਟ ਤਾਂ ਰੈਸিপি ਕੀ ਹੈ ਕਿ ਜਿਹੜੀ ਲੈਟਰ ਰਾਈਟਿੰਗ ਹੈ ਲੈਟਰ ਰਾਈਟਿੰਗ ਦੇ ਵਿੱਚ ਜਿਹੜਾ ਚਿੱਠੀ ਆਪਾਂ ਲਿਖ ਰਹੇ ਹਾਂ ਉਹ ਜਿਹੜੀ ਹੈ ਬਿਲਕੁਲ ਸਿੰਪਲ ਸਰਲ ਤੇ ਪਰਫੈਕਟ ਹੋਣੀ ਚਾਹੀਦੀ ਹੈ ਇਟ ਸ਼ੁਡ ਬੀ ਪਰਸਨਲ ਫਾਰਮਲ ਨਹੀਂ ਹੋਣੀ ਚਾਹੀਦੀ ਪਰਸਨਲ ਹੋਣੀ ਚਾਹੀਦੀ ਹੈ ਇਮੋਸ਼ਨਸ ਦੇ ਨਾਲ ਭਰੀ ਹੋਈ ਹੋਣੀ ਚਾਹੀਦੀ ਹੈ ਫੀਲਿੰਗਸ ਨਾਲ ਭਰੀ ਹੋਣੀ ਚਾਹੀਦੀ ਹੈ ਜੋ ਕੁਝ ਆਪਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲੈਟਰ ਥਰੂ ਜੋ ਕੁਝ ਦੱਸਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਹ ਅਗਲਾ ਜਿਹੜਾ ਬੰਦਾ ਪੜ ਰਿਹਾ ਹੈ ਤਾਂ ਉਸ ਨੂੰ ਮਹਿਸੂਸ ਹੋਣਾ ਚਾਹੀਦਾ ਹੁੰਦਾ ਹੈ ਇਹੀ ਅੱਛੀ ਰੈਸিপি ਹੈ ਗੁੱਡ ਲੈਟਰ ਰਾਈਟਿੰਗ ਦੀ ਤੇ ਇਸੇ ਨੂੰ ਅੱਛਾ ਲੈਟਰ ਲਿਖਣ ਦੀ ਫੋਲੋ ਕਰਨਾ ਚਾਹੀਦਾ ਹੈ ਦਾ ਆਥਰ ਗੀਵਸ ਦ ਐਗਜ਼ਾਮਪਲ ਐਗਜ਼ਾਮਪਲਸ ਆਫ ਕਾਰਲਾਈਲ ਐਂਡ ਕੀਟਸ ਐਸ ਗੁੱਡ ਲੈਟਰ ਰਾਈਟਰਸ ਦਾ ਗੁੱਡ ਲੈਟਰ ਰਾਈਟਰ ਜਿਹੜੇ ਨੇ ਇਹ ਦੋਨੋਂ ਕਾਰਲਾਈਲ ਤੇ ਕੀਟਸ ਜਿਹੜੇ ਨੇ ਇੱਕ ਮੰਨੇ ਗਏ ਨੇ ਆਥਰ ਦੇ ਵਜੋਂ ਤਾਂ ਇਹਨਾਂ ਦੀ ਹੀ ਐਗਜ਼ਾਮਪਲ ਜਿਹੜੀ ਦਿੱਤੀ ਗਈ ਹੈ ਤਾਂ ਗਾਰਡਨਰ ਦੇ ਜਿਹੜੇ ਸੀ ਓਪੀਨੀਅਨ ਕੀ ਸੀ ਲੈਟਰ ਰਾਈਟਿੰਗ ਦੇ ਉੱਤੇ ਸੋ ਔਨ ਲੈਟਰ ਰਾਈਟਿੰਗ ਦੇ ਵਿੱਚ ਇਹ ਜਿਹੜਾ ਐਸੇ ਹੈ ਠੀਕ ਹੈ ਇਹ ਐਸੇ ਜਿਹੜਾ ਹੈ ਐਸੇ ਗੱਲ ਉਹ ਠੀਕ ਹੈ ਐਸੇ ਡਿਸਕ੍ਰਾਈਬਸ how a good letter can be written ਇਹਦੇ ਵਿੱਚ ਦੱਸਿਆ ਗਿਆ ਹੈਗਾ ਕਿ ਡਿਸਕ੍ਰਾਈਬ ਕੀਤਾ ਗਿਆ ਹੈ ਕਿ ਜਿਹੜੀ ਅੱਛੀ ਚਿੱਠੀ ਹੈ ਉਹ ਕਿੱਦਾਂ ਲਿਖੀਦੀ ਹੈ ਲੈਟਰਸ ਸ਼ੁੱਡ ਫੋਲੋ ਦਾ ਪੈਟਰਨਸ ਆਫ ਕਮਿਊਨੀਕੇਸ਼ਨ ਨਾਰਮਲੀ ਤਾਂ ਲੈਟਰ ਜਿਹੜੇ ਨੇ ਕਮਿਊਨੀਕੇਸ਼ਨ ਦੇ ਪੈਟਰਨ ਨੂੰ ਫੋਲੋ ਕਰਨ ਵਾਲੇ ਹੋਣੇ ਚਾਹੀਦੇ ਨੇ ਕਿ ਅਗਰ ਇੱਕ ਬੰਦਾ ਲਿਖ ਰਿਹਾ ਹੈ ਚਿੱਠੀ ਦੂਜੇ ਨੂੰ ਸਮਝ ਆਣੀ ਚਾਹੀਦੀ ਹੈ ਇਟ ਸ਼ੁੱਡ ਬੀ ਸਿੰਪਲ ਇਨ ਸਿੰਪਲ ਕਨਵਰਸੇਸ਼ਨ ਇਹ ਸਿੰਪਲ ਸਧਾਰਨ वार्तालाप ਹੋਣੀ ਚਾਹੀਦੀ ਹੈ ਦਾ ਲੈਟਰ ਰਾਈਟਰ ਸ਼ੁੱਡ ਯੂਜ਼ ਰਾਈਟ ਮਟੀਰੀਅਲ ਫੋਰ ਹਿਸ ਲੈਟਰਸ ਤਾਂ ਜਿਹੜਾ ਲੈਟਰ ਰਾਈਟਿੰਗ ਹੈ ਚਿੱਠੀ ਲਿਖਣ ਵਾਲਾ ਉਸ ਨੂੰ ਚੰਗਾ ਮਟੀਰੀਅਲ ਯੂਜ਼ ਕਰਨਾ ਚਾਹੀਦਾ ਮਟੀਰੀਅਲ ਇਨ ਦਾ ਸੈਂਸ ਵੀ ਚੰਗੀ ਤਰ੍ਹਾਂ ਇਮੋਸ਼ਨਸ ਨੂੰ ਯੂਜ਼ ਕਰਨਾ ਚਾਹੀਦਾ ਫੀਲਿੰਗਸ ਨੂੰ ਆਈਡੀਆਜ਼ ਨੂੰ ਤਾਂ ਕਿ ਪੜਨ ਵਾਲੇ ਨੂੰ ਸਮਝ ਆ ਜੇ ਦ ਰਾਈਟਰ ਆਫ ਥਿਸ ਐਸੇ ਹੁਣ ਜਿਹੜਾ ਗਾਰਡਨਰ ਹੈ ਜਿਸ ਨੇ ਐਸੇ ਲਿਖਿਆ ਗਿਵਸ ਦਾ ਐਗਜ਼ਾਮਪਲ ਐਗਜ਼ਾਮਪਲਸ ਆਫ ਕਾਰਲਾਈਲ ਹੂ ਰਾਈਟਸ ਲੈਟਰ ਫਰੋਮ ਇੰਗਲੈਂਡ ਟੂ ਹਿਸ ਬ੍ਰਦਰ ਇਨ ਕੈਨੇਡਾ ਹੁਣ ਇਹਦੇ ਵਿੱਚ ਦੱਸਿਆ ਗਿਆ ਕਹਿੰਦੇ ਜਿਹੜਾ ਕਾਰਲਾਈਲ ਹੁੰਦਾ ਹੈ ਤਾਂ ਉਸ ਦੀ एग्जांपल ਦਿੱਤੀ ਗਈ ਹੈ ਕਿ ਕਾਰਲ ਲਾਇਲ ਹੁੰਦਾ ਹੈ ਜਿਹੜਾ ਚਿੱਠੀ ਲਿਖਦਾ ਹੈਗਾ ਆਪਣੇ ਬ੍ਰਦਰ ਨੂੰ ਠੀਕ ਹੈ ਜਿਹੜਾ ਕਿ ਕੈਨੇਡਾ ਦਾ ਵਿੱਚ ਹੈ ਤਾਂ ਇਹ ਇੰਗਲੈਂਡ ਤੋਂ ਆਪਣੇ ਬ੍ਰਦਰ ਨੂੰ ਚਿੱਠੀ ਲਿਖਦਾ ਹੈਗਾ this letter is about cold winter ਤਾਂ ਇਹ ਬਿਲਕੁਲ ਠੰਡ ਦਾ ਜ਼ਿਕਰ ਜਿਹੜਾ ਹੈ ਕੋਲਡ ਵਿੰਟਰ ਦਾ ਜਿਹੜਾ ਹੈ ਇਹ ਚਿੱਠੀ ਉਸ ਦੇ ਬਾਰੇ ਲਿਖੀ ਗਈ ਹੈ ਐਂਡ ਦਾ ਅਦਰ ਫੈਮਿਲੀਅਰ ਥਿੰਗਸ ਹੋਰ ਜਿਹੜੀਆਂ ਨੇ ਫੈਮਿਲੀਅਰ ਥਿੰਗਸ ਦੇ ਬਾਰੇ ਜਿਹੜਾ ਹੈ ਆਪਣੇ ਬ੍ਰਦਰ ਨੂੰ ਦੱਸ ਰਿਹਾ ਹੈ that his brother would mean ਐਜ਼ ਹੀ ਇਜ਼ ਅਵੇ ਫਰੋਮ ਹੋਮ ਤਾਂ ਇਹ ਚਿੱਠੀ ਤਾਂ ਲਿਖਦਾ ਕਿ ਉਹਨੂੰ ਜਿਹੜਾ ਹੈ ਵਾਤਾਵਰਣ ਬਾਰੇ ਦੱਸ ਰਿਹਾ ਠੰਡ ਬਾਰੇ ਦੱਸ ਰਿਹਾ ਤੇ ਤਾਂ ਲਿਖ ਰਿਹਾ ਤਾਂ ਕਿ ਉਹ ਯਾਦ ਕਰੇ ਆਪਣੇ ਘਰ ਨੂੰ ਕਾਰਲਾਈਲ ਡਰਾਸ ਐਂਟਾਇਰ ਪਿਕਚਰ ਸੋ ਥੈਟ ਹਿਸ ਬ੍ਰਦਰਸ ਹਾਰਟ ਫਿਲ ਵਿਦ ਡੀਪ ਇਮੋਸ਼ਨ ਐਂਡ ਲਵ ਹੁਣ ਇਹ ਐਸਾ ਕੁਝ ਕਿਉਂ ਐਂਟਾਇਰ ਪਿਕਚਰ ਚਿੱਠੀ ਦੇ ਥਰੂ ਕਿਉਂ ਪੇਸ਼ ਕਰ ਰਿਹਾ ਤਾਂ ਕਿ ਉਹਦਾ ਬ੍ਰਦਰ ਜਿਹੜਾ ਹੈ ਇਮੋਸ਼ਨਸ ਅਤੇ ਪਿਆਰ ਨਾਲ ਭਰ ਜਾਵੇ ਉਹ ਤੇ ਘਰ ਨੂੰ ਯਾਦ ਕਰੇ ਤੇ ਉਹਨੂੰ ਐ ਲੱਗੇ ਵੀ ਮੈਂ ਘਰ 'ਚ ਹੀ ਫਿਰ ਰਿਹਾ ਹਾਂ ਹਨਾ ਸੋ ਗਾਰਡਨਰ ਆਲਸੋ ਗਿਵਸ ਐਗਜ਼ਾਮਪਲ ਆਫ ਜੌਨ ਕੀਟਸ ਜੌਨ ਕੀਟਸ ਦੀ ਵੀ ਐਗਜ਼ਾਮਪਲ ਦਿੱਸੀ ਹੈ ਕੀਟਸ ਰਾਈਟਸ ਲੈਟਰ ਟੂ ਹਿਸ ਬ੍ਰਦਰ ਐਂਡ ਸਿਸਟਰ ਇਨ ਲਾ ਹੂ ਵਰ ਇਨ ਅਮਰੀਕਾ ਤੇ ਆਪਣੇ ਭਰਾ ਭਾਬੀ ਨੂੰ ਜਿਹੜਾ ਹੈ ਚਿੱਠੀ ਲਿਖਦਾ ਜਿਹੜੇ ਕਿ ਅਮਰੀਕਾ ਦੇ ਵਿੱਚ ਹੁੰਦੇ ਨੇ ਠੀਕ ਹੈ ਆਪਣੇ ਭਰਾ ਨੂੰ ਚਿੱਠੀ ਲਿਖਦਾ ਹੈ ਹੀ ਟੈਲਸ ਹੁਣ ਉਹ ਆਪਣੀ ਚਿੱਠੀ ਚ ਕੀਟਸ ਕੀ ਲਿਖਦਾ ਹੈ ਹਾਊ ਹਿਸ ਮਦਰ ਲਾਫਡ ਐਟ ਹਿਸ ਬੈਡ ਜੋਕਸ ਕਿ ਮੰਮੀ ਜਿਹੜੀ ਹੈ ਮੇਰੀ ਬੈਡ ਜੋਕਸ ਦੇ ਉੱਤੇ ਕਿੱਦਾਂ ਹੱਸਦੀ ਹੈ ਐਂਡ ਆਲਸੋ ਅਬਾਊਟ ਅਦਰ ਥਿੰਗਸ ਅਤੇ ਹੋਰ ਚੀਜ਼ਾਂ ਦੇ ਬਾਰੇ ਵੀ ਜਿਹੜਾ ਹੈ ਉਸ ਨੂੰ ਇਹ ਚਿੱਠੀ ਲਿਖਦਾ ਠੀਕ ਹੈ ਤਾਂ ਇਸ ਦੇ ਵਿੱਚ ਟਰੂ ਡੈਫੀਨੀਸ਼ਨ ਆਪਾਂ ਨੂੰ ਦਿੱਤੀ ਗਈ ਹੈ ਕਿ ਕਿੱਦਾਂ ਜਿਹੜੀ ਹੈ ਚਿੱਠੀ ਲਿਖਣੀ ਹੈ ਐਗਜ਼ਾਮਪਲਸ ਦੇ ਕੇ ਕਰ ਲਾਇਲ ਤੇ ਕੀਰਤੀ ਸੰਦਰਸਾ ਕਿ ਕਿ ਚਿੱਠੀ ਐਸੀ ਲਿਖਣੀ ਹੈ ਕਿ ਜਦੋਂ ਉਹ ਬੰਦਾ ਕਰ ਦੇ ਬਾਰੇ ਮਿਸ ਕਰੇ ਚਿੱਠੀ ਲਿਖਣ ਵਾਲੇ ਨੂੰ ਮਿਸ ਕਰੇ ਤਾਂ ਚਿੱਠੀਆਂ ਜਿਹੜੀਆਂ ਨੇ ਐਦਾਂ ਲਿਖਣੀਆਂ ਚਾਹੀਦੀਆਂ ਨੇ